लिखो तो पैगाम कुछ ऐसा लिखो कि कलम भी रोने को मजबूर हो जाए, हर अक्षर में इतना दर्द भर दो कि पढ़ने वाला प्यार को मजबूर हो जाए। इन्नी ताकत हुंदी है कलम दे विच। बहुत बहुत स्वागत जी आया नु जी, प्रोग्राम तुसी देख रहे हो गल्लां ते गीत। मैं हां तुहाडे नाल वरुण कौर मान, डीडी पंजाबी दा खास प्रोग्राम गल्लां ते गीत लैके असीं पहुंच चुके हां ते गल्लबात मैं कर चुकी हां कलम दी कि किन्नी ताकत हुंदी है ना कि हर अक्षर में इतना दर्द भर दो पढ़ने वाला प्यार को मजबूर हो जाए। ये कलम है जड़ी, इहदी बहुत ताकत है। इस कलम दे नाल बड़ा कुछ बदलिया जा सकदा ते ये कलम जदों साहित दी सिरजना करदी है, साहित दी रचना करदी है ता फिर तां वाकई बहुत वड्डे वड्डे कमाल करदी है। अज वी कमाल दी गल है कि साडा विशा साहित नाल जुड़िया होया है कि अजोके समें दे विच साहित किवें है, की योगदान है अजोके समें दे विच साहित। गलबात करन दे लई स्टूडियो दे विच पहुंचे ने रवनजोत कौर सिद्धू। ते रवनजोत कौर सिद्धू जिहड़े ने बैडमिंटन दे खिडारन रह चुके ने, जिहड़ियां 10 किताबां ने उहनां दी संपादकी कर चुके ने, 12 किताबां इह लिख चुके ने, इह लेखिका ने। ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ। ਗੱਲਾਂ ਤੇ ਗੀਤ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਰਵਨਜੋਤ, ਇੰਨੀ ਛੋਟੀ ਉਮਰ ਦੇ ਵਿੱਚ ਇੰਨੀਆਂ ਕਿਤਾਬਾਂ, ਸਾਹਿਤ ਦੇ ਨਾਲ ਇੰਨਾ ਤੁਹਾਡਾ ਲਗਾਵ, ਤੇ ਉਮਰ ਦੇ ਹਿਸਾਬ ਦੇ ਨਾਲ ਮੈਂ ਗੱਲ ਤਾਂ ਸ਼ੁਰੂ ਕੀਤੀ ਹੈ ਕਿਉਂਕਿ ਸਾਹਿਤ ਦੀ ਪਰਿਭਾਸ਼ਾ ਤੁਹਾਡੀ ਨਜ਼ਰ ਦੇ ਵਿੱਚ ਜ਼ਿੰਦਗੀ ਦੇ ਹਲੇ ਅੱਧੇ ਜਿਹੇ ਛੋਟੇ ਜਿਹੇ ਪੜਾਅ ਤੇ ਆ ਕੇ ਤੁਸੀਂ ਕੀ ਮੰਨਦੇ ਹੋ? ਸਾਹਿਤ ਜਿੱਦਾਂ ਕਿ ਅਸੀਂ ਮਨੁੱਖ ਆਪ ਲਿਖਦਾ ਹੈ ਸਾਹਿਤ ਨੂੰ, ਕਿਉਂਕਿ ਮਨੁੱਖ ਜਦੋਂ ਆਪਣੇ ਜੀਵਨ ਦੇ ਵਿੱਚ ਵਿਚਰਦਾ ਆ ਉਹਦੇ ਵਿੱਚ ਖੁਸ਼ੀ ਗਮੀ ਆਉਂਦੀ ਹੈ, ਉਹ ਖੁਸ਼ੀ ਦੇ ਵਿੱਚ ਆਪਣੇ ਦਿਲ ਦੇ ਬਲਬਲਿਆਂ ਨੂੰ, ਆਪਣੇ ਹਾਵ ਭਾਵ ਨੂੰ ਜਦੋਂ ਲਿਖਤਾਂ ਦੇ ਰੂਪ ਵਿੱਚ ਪ੍ਰਗਟ ਕਰਦਾ ਨਾ ਤਾਂ ਉਹ ਇੱਕ ਸਾਹਿਤ ਬਣ ਜਾਂਦਾ ਹੈ। ਕਲਮ ਨੂੰ ਲੈ ਕੇ ਇੱਕ ਪੇਜ 'ਤੇ ਜਦੋਂ ਆਪਣੀਆਂ ਖੁਸ਼ੀ ਨੂੰ, ਆਪਣੀ ਗਮੀ ਨੂੰ ਉਕਰਦਾ ਆ ਉਹ ਸਾਹਿਤ ਵਿੱਚ ਸ਼ਾਮਿਲ ਹੋ ਜਾਂਦਾ ਹੈ। ਅਤੇ ਰੂਪ, ਹਰ ਚੀਜ਼ ਦੇ ਕਿੰਨੇ ਸਾਰੇ ਰੂਪ ਹੁੰਦੇ ਨੇ। ਇੱਕ ਤਾਂ ਰੰਗ ਰੂਪ ਵਾਲਾ ਰੂਪ ਹੁੰਦਾ ਹੈ, ਇੱਕ ਬੰਦੇ ਦਾ ਰੂਪ ਹੁੰਦਾ, ਕਿਹਦੇ ਪਤਾ ਨਹੀਂ ਕਿੰਨੇ ਕੁ ਰੂਪ ਆ। ਇੱਕ ਸਾਹਿਤ ਦੇ ਅਜੋਕੇ ਸਮੇਂ ਦੇ ਜੇ ਆਪਾਂ ਰੂਪਾਂ ਦੀ ਗੱਲ ਕਰੀਏ ਤੇ ਕੀ ਮੰਨਦੇ ਹੋ ਤੁਸੀਂ? ਅਜੋਕੇ ਸਮੇਂ ਦੇ ਸਾਹਿਤ ਦੇ ਵਿੱਚ ਨਾ ਜਿਹੜੇ ਰੂਪ ਆ ਇਸ ਟਾਈਮ ਪੰਜਾਬੀ ਸਾਹਿਤ ਦੇ, ਪੰਜਾਬੀ ਸਾਹਿਤ ਦੇ ਜਿਹੜੇ ਇਸ ਟਾਈਮ ਰੂਪ ਨੇ ਉਹ ਹੈਗੇ ਨੇ ਕਵੀ ਦੇ, ਜਿਹੜੇ ਕਵੀ ਕਵਿਤਾ ਲਿਖਦਾ ਹੈ, ਨਾਵਲ ਲਿਖਦਾ, ਕਾਂਗੀ ਲਿਖਦਾ, ਨਾਟਕ ਲਿਖਦਾ ਹੈ, ਇਹ ਸਾਰੇ ਇਸ ਟਾਈਮ ਦੇ ਸਾਹਿਤਕ ਦੇ ਰੂਪ ਨੇ। ਤੇ ਇਸ ਟਾਈਮ ਜਿਹੜੀ ਕਵਿਤਾ ਹੈ ਉਹ ਖੁੱਲ੍ਹੀ ਨਹੀਂ ਲਿਖਦੇ, ਜ਼ਿਆਦਾ ਛੰਦਬੰਦੀ ਨਾਲ ਲਿਖਦੇ ਨੇ, ਜ਼ਿਆਦਾ ਉਹ ਖੁਸ਼ੀ ਗਮੀ ਦੇ ਮਾਹੌਲ 'ਚ ਲਿਖਦੇ ਨੇ। ਜਿਹੜੇ ਨਾਵਲ ਆ, ਕਾਂਗੀ ਆ, ਵਾਰਤਾਲਾਪ, ਇਹ ਸਾਰੇ ਵਾਰਤਾਲਾਪ 'ਚ ਆ ਜਾਂਦੇ ਨੇ, ਇਹ ਲੰਬੇ ਆਉਂਦੇ ਨੇ। ਅਜੋਕੇ ਸਮੇਂ ਦੇ ਵਿੱਚ ਨਿੱਕੀ ਕਹਾਣੀ ਦਾ ਬਹੁਤ ਜ਼ਿਆਦਾ ਯੋਗਦਾਨ ਆ, ਸਾਰੇ ਇਹਨੂੰ ਜ਼ਿਆਦਾ ਪੜ੍ਹਨਾ ਲਿਖਣਾ ਪਸੰਦ ਕਰਦੇ ਨੇ ਜੀ। ਹਾਂਜੀ, ਅਤੇ ਇਸ ਟਾਈਮ ਜਿਹੜੀ ਸਭ ਨਾਲ ਜ਼ਿਆਦਾ ਫਰਪੁੱਲਤ ਜਿਹੜੀ ਹੈ ਨਿੱਕੀ ਕਹਾਣੀ ਹੈ, ਨਿੱਕੀ ਕਹਾਣੀ ਬਹੁਤ ਜ਼ਿਆਦਾ ਲੇਖਕ ਲਿਖਦੇ ਨੇ ਅਤੇ ਬਹੁਤ ਜ਼ਿਆਦਾ ਪਾਠਕ ਪੜ੍ਹਦੇ ਨੇ ਉਹਨੂੰ, ਕਿਉਂਕਿ ਵੱਡੀ ਕਾਂਗੀ ਜਾਂ ਕਾਂਗੀ ਦਾ ਤਾਂ ਹੁਣ ਬਹੁਤ ਘੱਟ ਹੀ ਰਿਹਾ ਆ। ਕਾਂਗੀ ਪਹਿਲੇ ਸਮੇਂ 'ਚ ਜ਼ਿਆਦਾ ਸੀ, ਹੁਣ ਤਾਂ ਨਾਵਲ ਰਿਹਾ ਆ ਜ਼ਿਆਦਾ, ਪਰ ਉਹ ਜ਼ਿਆਦਾ ਸਮਾਂ ਲੈ ਲੈਂਦੇ ਨੇ ਅਤੇ ਹੁਣ ਬੰਦੇ ਦੇ ਵਿੱਚ ਇੰਨਾ ਸਬਰ ਨਹੀਂ ਕਿ ਇੰਨਾ ਟਾਈਮ ਉਹ ਪੜ੍ਹ ਸਕਣ, ਇਸ ਲਈ ਉਹ ਨਿੱਕੀ ਕਹਾਣੀ ਛੇਤੀ ਪੜ੍ਹ ਕੇ ਅਤੇ ਛੇਤੀ ਖਤਮ ਕਰ ਦਿੰਦੇ ਨੇ ਜੀ। ਹੁਣ ਆਪਾਂ ਗੱਲ ਕਰਦੇ ਹਾਂ ਸਮਾਜ ਦੀ, ਅਤੇ ਗੱਲ ਕੀਤੀ ਹੈ ਕਿ ਜਿਹੜੀਆਂ ਆਪਣੀਆਂ ਭਾਵਨਾਵਾਂ ਹੁੰਦੀਆਂ ਨੇ ਉਹਨੂੰ ਕਾਗਜ਼ ਦੇ ਉੱਤੇ ਲਿਖਣਾ ਅਤੇ ਸਾਹਿਤ ਦਾ ਰੂਪ ਲੈ ਲੈਣਾ, ਜਿਹੜਾ ਸਮਾਜ ਆ ਹਾਂਜੀ ਉਹਦਾ ਸਾਹਿਤ 'ਤੇ ਅਸਰ, ਅਜੋਕੇ ਸਮਾਜ ਦਾ ਸਾਹਿਤ ਦੇ ਉੱਤੇ ਅਸਰ, ਇਸ ਦੇ ਉੱਪਰ ਆਪਾਂ ਹੁਣ ਗੱਲਬਾਤ ਕਰਦੇ ਹਾਂ। ਅਜੋਕੇ ਸਮੇਂ 'ਤੇ ਸਾਹਿਤ ਦਾ ਅਸਰ
ਅਸੀਂ ਅਲੱਗ ਨਹੀਂ ਕਰ ਸਕਦੇ ਇਹਨੂੰ ਇੱਕ ਦੂਸਰੇ ਤੋਂ, ਕਿਉਂਕਿ ਸਾਹਿਤ ਹੀ ਸਮਾਜ ਨਾਲ ਬਣਿਆ ਆ। ਕਿਉਂਕਿ ਸਮਾਜ ਵਿੱਚ ਬੰਦਾ ਜਨਮ ਲੈਂਦਾ, ਉਚਰਦਾ ਆ, ਜਨਮ ਪੜ੍ਹਦਾ ਲਿਖਦਾ, ਵੱਡਾ ਹੁੰਦਾ ਹੈ, ਉਹਦੇ ਵਿੱਚ ਦਿਲ ਦੇ ਵਿੱਚ ਕਾਫੀ ਬਲਬਲੇ ਪੈਦਾ ਹੁੰਦੇ ਨੇ ਤੇ ਉਹ ਆਪਣੇ ਬਲਬਲਿਆਂ ਨੂੰ ਪ੍ਰਗਟ ਕਰਦਾ ਆ। ਇਸ ਲਈ ਅਸੀਂ ਇਹਨੂੰ ਬਿਲਕੁਲ ਅਲੱਗ ਨਹੀਂ ਕਰ ਸਕਦੇ। ਸਮਾਜ ਤੇ ਬਹੁਤ ਜ਼ਿਆਦਾ ਵੱਡਾ ਅਸਰ ਸਾਡੇ ਸਾਹਿਤ ਦਾ, ਆਪਾਂ ਸਮਾਜ ਦੇ ਵਿੱਚ ਜੋ ਵੀ ਆਪਾਂ ਗਤੀਵਿਧੀਆਂ ਦੇਖਦੇ ਹਾਂ ਜਾਂ ਆਪਾਂ ਕੁਦਰਤ ਨੂੰ ਦੇਖਦੇ ਹਾਂ ਜਾਂ ਆਪਣੇ ਜੋ ਵੀ ਬਲਬਲੇ ਹੁੰਦੇ ਨੇ ਜਾਂ ਆਪਾਂ ਦੇਖਦੇ ਹਾਂ ਵੀ ਇੱਕ ਕੀ ਘਟਨਾ ਵਾਪਰਦੀ, ਉਹਨੂੰ ਇੱਕ ਲੇਖਕ ਜਦੋਂ ਲਿਖਦਾ ਆ ਉਹ ਇੱਕ ਸਮਾਜ ਦੇ ਥਰੂ ਹੀ ਲਿਖਦਾ ਆ। ਸਮਾਜ ਦੇ ਵਿੱਚ ਜਿਹੜਾ ਇੱਕ ਬੰਦਾ ਆ ਉਹ ਪੜ੍ਹਦਾ ਆ ਉਹਨੂੰ। ਜੇ ਆਪਾਂ ਸਾਹਿਤ ਨੂੰ ਸਮਾਜ ਦਾ ਬਹੁਤ ਵੱਡਾ ਅੰਗ ਮੰਨੀਏ ਤਾਂ ਗਲਤ ਨਹੀਂ ਹੋਏਗਾ। ਨਹੀਂ, ਇਹ ਬਿਲਕੁਲ ਅਟੁੱਟ ਅੰਗ ਹੈ ਇੱਕ ਦੂਸਰੇ ਦਾ। ਬਿਲਕੁਲ, ਕਿਉਂ ਹਰੇਕ ਮਨੁੱਖ ਕੋਈ ਨਾ ਕੋਈ ਤਰੀਕੇ ਨਾਲ ਜੁੜਿਆ ਹੈ ਸਾਹਿਤ ਦੇ ਨਾਲ, ਕੋਈ ਪੜ੍ਹਦਾ ਆ, ਕੋਈ ਲਿਖਦਾ ਆ, ਕੋਈ ਦੇਖਦਾ ਆ। ਜੀ ਹਾਂਜੀ, ਜਦੋਂ ਵੀ ਕਿਸੇ ਚੀਜ਼ ਦੀ ਗੱਲ ਹੁੰਦੀ ਹੈ ਨਾ ਆਪਾਂ ਉਹਨੂੰ ਇਦਾਂ ਵੰਡ ਕੇ ਦੇਖਦੇ ਹਾਂ, ਅਜੋਕੀ ਪੀੜ੍ਹੀ ਸਾਡੇ ਜਿਹੜੇ ਸੀਨੀਅਰ ਨੇ ਉਹ, ਸਾਡੇ ਜਿਹੜੇ ਜੂਨੀਅਰ ਨੇ ਉਹ, ਤੇ ਅਜੋਕੀ ਪੀੜ੍ਹੀ ਹੈ ਉਹ ਸਾਹਿਤ ਦੇ ਵਿੱਚ ਅੱਜ ਕੱਲ ਕਿਵੇਂ ਕੰਮ ਕਰ ਰਹੀ ਹੈ, ਅਜੋਕੀ ਪੀੜ੍ਹੀ ਦੇ ਵਿੱਚ ਸਾਹਿਤ ਕੀ ਯੋਗਦਾਨ ਦੇ ਰਿਹਾ ਜਾਂ ਉਹ ਸਾਹਿਤ ਨੂੰ ਕੀ ਯੋਗਦਾਨ ਦੇ ਰਹੇ ਨੇ। ਜਿਹੜੀ ਅੱਜ ਕੱਲ ਦੀ ਪੀੜ੍ਹੀ ਆ ਜੀ, ਇਹ ਸਾਹਿਤ ਨੂੰ ਬਹੁਤ ਜ਼ਿਆਦਾ ਅਸਰ ਦੇ ਰਹੀ ਆ, ਬਹੁਤ ਜ਼ਿਆਦਾ ਯੋਗਦਾਨ ਇਹਦਾ ਆ ਜੀ। ਕਿਉਂਕਿ ਅੱਜ ਕੱਲ ਪੁਰਾਣੇ ਸਮੇਂ ਨਾਲੋਂ ਅੱਜ ਕੱਲ ਜ਼ਿਆਦਾ ਸਾਹਿਤਕ ਮੇਲੇ ਲੱਗਦੇ ਨੇ ਤੇ ਜਿਹੜੇ ਅੱਜ ਕੱਲ ਦੇ ਨੌਜਵਾਨ ਨੇ ਉਹ ਇਹਨਾਂ ਸਾਹਿਤਕ ਮੇਲਿਆਂ 'ਚ ਵੱਧ ਚੜ੍ਹ ਕੇ ਹਿੱਸਾ ਲੈ ਰਿਹਾ ਆ ਤੇ ਨਵਾਂ ਲਿਖਾਰੀ ਆ ਜਿਹੜਾ ਉਹ ਵੀ ਨਾ ਸਾਹਿਤਕ ਮੇਲਿਆਂ ਵਿੱਚ ਜਾਂਦਾ ਆ, ਆਪਣੀ ਕਲਾ ਦੀ ਪ੍ਰਦਰਸ਼ਨੀ ਕਰਦਾ ਆ ਜੀ। ਹਾਂਜੀ, ਤੇ ਇੱਕ ਅੱਜ ਕੱਲ ਜਿਹੜਾ ਹੋਇਆ ਵੀ ਆਪਾਂ ਜਿਹੜੇ ਲੇਖਕ ਜੁੜ ਕੇ ਸਾਹਿਤਕ ਮੇਲੇ ਲਗਾਉਂਦੇ ਨੇ ਕਿ ਨਵੀਂ ਪੀੜ੍ਹੀ ਨੂੰ ਸਾਹਿਤ ਨਾਲ ਜੋੜਿਆ ਜਾਵੇ, ਮੇਲਿਆਂ ਦਾ ਜਿਹੜਾ ਰੁਝਾਨ ਆ। ਹਾਂਜੀ, ਇਹ ਸਾਹਿਤ ਨੂੰ ਪ੍ਰਫੁੱਲਿਤ ਕਰ ਰਿਹਾ। ਹਾਂਜੀ, ਪੁਸਤਕ ਮੇਲੇ ਵੱਧ ਤੋਂ ਵੱਧ ਲੱਗ ਰਹੇ ਨੇ, ਇਸ ਕਰਕੇ ਇਹ ਸਾਹਿਤਕ ਜਿਹੜਾ ਯੋਗਦਾਨ ਨੌਜਵਾਨ ਪੀੜ੍ਹੀ ਦਾ ਜ਼ਿਆਦਾ ਵੱਧ ਰਿਹਾ, ਕਿਉਂਕਿ ਨੌਜਵਾਨ ਪੀੜ੍ਹੀ ਆ ਵੱਧ ਚੜ੍ਹ ਕੇ ਇਹਨਾਂ ਮੇਲਿਆਂ 'ਚ ਹਿੱਸਾ ਲੈ ਰਹੀ ਆ। ਤੁਸੀਂ ਪੁਸਤਕ ਮੇਲਿਆਂ ਦੇ ਵਿੱਚ ਦੇਖਿਆ ਕਿ ਕੋਈ ਬੰਦਾ ਹੋਵੇ ਜਿਹੜਾ ਮੇਲਿਆਂ ਦੇ ਜ਼ਰੀਏ ਜੁੜ ਗਿਆ ਹੋਵੇ ਪੁਸਤਕਾਂ ਦੇ ਨਾਲ, ਕਦੇ ਹੁੰਦਾ ਇਦਾਂ ਵੀ? ਹਾਂਜੀ, ਕਈ ਵਾਰ ਹੋ ਰਿਹਾ ਹੈ। ਹੁਣ ਮੇਰੀ ਇੱਕ ਫਰੈਂਡ ਸੀਗੀ, ਉਹ ਮੇਰੇ ਨਾਲ ਇੱਕ ਦੋ ਵਾਰੀ ਸਾਹਿਤਕ ਮੇਲਿਆਂ 'ਚ ਗਈ ਆ। ਅੱਛਾ ਜੀ, ਉਹ ਵੈਸੇ ਤਾਂ ਬੁੱਕ ਨਹੀਂ ਪੜ੍ਹਦੀ ਸੀ ਬਿਲਕੁਲ ਵੀ। ਅੱਛਾ ਜੀ, ਮੇਰੇ ਨਾਲ ਹੀ ਗਈ ਆ। ਜਦ ਉੱਥੇ ਜਾ ਕੇ ਉਹ ਦੇਖਦੀ ਆ ਵੀ ਉਸ ਮਾਹੌਲ ਨੂੰ ਦੇਖਦੀ, ਇੰਨੀਆਂ ਕਿਤਾਬਾਂ ਦੇਖਦੀ ਆ, ਉਹਦੇ ਵਿੱਚ ਜਦੋਂ ਆਪਣੀ ਪਸੰਦ ਦੀ ਇੱਕ ਦੋ ਕਿਤਾਬ ਚੁਣੀਆਂ ਉਹਨੂੰ ਪੜ੍ਹੀਆਂ ਤਾਂ ਉਹਨੂੰ ਹੁਣ ਵਧੀਆ ਲੱਗਦਾ, ਉਹ ਮੇਰੇ ਨਾਲ ਵੱਧ ਜਾਂਦੀ ਹੈ ਸਾਹਿਤਕ ਮੇਲਿਆਂ ਦੇ ਉੱਤੇ। ਕਿਆ ਬਾਤ ਹੈ! ਹਾਂਜੀ, ਉਹ ਜ਼ਿਆਦਾ ਕਿਤਾਬਾਂ ਪੜ੍ਹ ਰਹੀ ਹੈ ਮੇਰੇ ਨਾਲ ਜ਼ਿਆਦਾ ਖੁਦ। ਉਹ ਮੈਨੂੰ ਕਹੂਗੀ ਕੋਈ ਨਵੇਂ ਰਾਈਟਰ ਦੀ ਕਿਤਾਬ ਹੈਗੀ ਤੇਰੇ ਕੋਲ ਆ ਗਈ ਆ ਤੇ ਮੈਨੂੰ ਭੇਜ ਦੇ, ਮੈਨੂੰ PDF ਭੇਜ ਦੇ। ਮੈਨੂੰ ਕਹਿੰਦੀ ਮੇਰੇ ਨਾਲ ਜ਼ਿਆਦਾ ਤੂੰ ਲਿਖਦੀ ਆ, ਤੂੰ ਪੜ੍ਹਦੀ ਆ, ਕਹਿੰਦੀ ਲਿਖਣਾ ਤਾਂ ਨਹੀਂ ਉਹਦਾ ਪੜ੍ਹਨਾ ਹੁੰਦਾ ਬਸ, ਇੱਕ ਸਾਹਿਤਕ ਮੇਲੇ ਤੇ ਕਿਤਾਬਾਂ ਦੇ ਮੇਲੇ ਦਾ ਇੰਨਾ ਅਸਰ ਹੋ ਗਿਆ। ਹਾਂਜੀ, ਤੇ ਦੂਸਰੇ ਪਾਸੇ ਜਦੋਂ ਆਪਾਂ ਗੱਲ ਕਰਦੇ ਹਾਂ ਨਾ, ਮੋਬਾਈਲ ਵੀ ਆ ਗਏ, ਹੋਰ ਕਿੰਨਾ ਕੁਛ ਆ ਗਿਆ ਆਪਣੇ ਕੋਲ, ਫਿਰ ਇਦਾਂ ਵੀ ਲੱਗਦਾ ਹੈ ਤੁਹਾਨੂੰ ਕਿ ਰੁਝਾਨ ਕਈ ਪੱਖਾਂ ਤੋਂ ਪੰਜਾਬੀ ਸਾਹਿਤ ਵਿੱਚ ਘਟਣ ਵੀ ਲੱਗਿਆ ਹੈ? ਹਾਂਜੀ, ਕੀ ਮੰਨਦੇ ਹੋ ਤੇ ਕੀ ਕਹੋਗੇ? ਜੇ ਅਸੀਂ ਹੁਣ ਸਾਡੀਆਂ ਕਿਤਾਬਾਂ ਦਾ ਪੜ੍ਹਨ ਦਾ ਰੁਝਾਨ ਜਿਹੜੇ ਆ ਉਹ ਥੋੜਾ ਘੱਟ ਗਿਆ, ਅਖਬਾਰਾਂ ਦਾ ਪੜ੍ਹਨ ਦਾ ਰੁਝਾਨ ਘੱਟ ਗਿਆ। ਅੱਛਾ ਜੀ। ਹਾਂਜੀ, ਹੁਣ ਨਿਊਜ਼ਪੇਪਰ ਤਾਂ ਜ਼ਿਆਦਾ ਆਪਾਂ ਆਨਲਾਈਨ ਪੜ੍ਹ ਲੈਂਦੇ ਨੇ। ਅੱਗੇ ਸਿਆਣੇ ਬਜ਼ੁਰਗ ਹੁੰਦੇ ਸੀ, ਸੱਥਾਂ ਤੇ ਬਹਿ ਜਾਂਦੇ ਸੀ, ਉਹਨਾਂ ਦੇ ਕੋਲ ਕੋਈ ਨਾ ਕੋਈ ਨਿਊਜ਼ਪੇਪਰ ਜ਼ਰੂਰ ਹੁੰਦੀ ਸੀ, ਇੱਕ ਬੰਦਾ ਪੜ੍ਹ ਕੇ ਦੂਸਰਿਆਂ ਨੂੰ ਸੁਣਾਉਂਦਾ ਹੁੰਦਾ ਸੀ ਜੀ। ਤੇ ਹੁਣ ਤਾਂ ਸੱਥ ਵੀ ਨਹੀਂ ਲੱਗਦੀ ਤਾਂ ਅਖਬਾਰ ਵੀ ਨਹੀਂ ਸੱਥਾਂ 'ਚ ਪੜ੍ਹੀ ਜਾਂਦੀ ਜੀ। ਤੇ ਹੁਣ ਤਾਂ ਘਰਾਂ ਦੇ ਵਿੱਚ ਆ ਤੇ ਜਿਹੜੇ ਘਰਾਂ ਦੇ ਵਿੱਚ ਜੇ ਨਿਊਜ਼ਪੇਪਰ ਆ ਜਾਵੇ ਤਾਂ ਇੱਕ ਵਾਰੀ ਦੇਖਣੀ ਮੁੜ ਕੇ ਉਹ ਕੂੜੇ ਵਾਂਗੂ ਸਿੱਟ ਦਿੰਦੇ ਨੇ। ਮੋਬਾਈਲ ਹਰ ਟਾਈਮ ਹਰੇਕ ਦੇ ਹੱਥ 'ਚ ਹੁੰਦਾ ਆ, ਜੇ ਫ੍ਰੀ ਟਾਈਮ ਦਾ TV ਲਾ ਲੈਂਦੇ ਨੇ, ਉਹਨਾਂ ਨੇ ਕਿਤਾਬ ਨਹੀਂ ਚੁੱਕਣੀ। ਕੁਝ ਮੇਰੀ ਫੈਮਿਲੀ ਮੇਰੀ ਕਿਤਾਬ ਪੜ੍ਹਨ ਨੂੰ ਔਖਾ ਹੋ ਜਾਂਦੇ ਨੇ, ਉਹ ਕਹਿ ਦਿੰਦੇ ਨੇ ਆਡੀਓ ਹੈਗੀ ਤਾਂ ਭੇਜ ਦੇ, ਪੜ੍ਹਨੀ ਔਖੀ ਆ।
ਅੱਛਾ, ਇਹ ਤੁਸੀਂ ਮੰਨਦੇ ਹੋ ਕਿ ਜਿੱਦਾਂ ਮਤਲਬ ਕਿ ਆਪਣੇ ਹੱਥ 'ਚ ਜਿਹੜੀ ਚੀਜ਼ ਦੀ ਆਡੀਓ ਜਾਂ ਵੀਡੀਓ ਹੁੰਦੀ ਆ ਉਹ ਸਾਨੂੰ ਸੌਖੀ ਲੱਗਣ ਲੱਗ ਪਈ ਹੈ ਤੇ ਹੋਵੇ ਵੀ ਇੱਕ ਅੱਧੇ ਮਿੰਟ 'ਚ, ਮਤਲਬ ਕਿ ਬਹੁਤ ਵੱਡੀ ਸਿੱਖਿਆ ਵੀ ਇੱਕ ਮਿੰਟ 'ਚ ਦਿੱਤੀ ਹੋਵੇ? ਹਾਂਜੀ ਬਿਲਕੁਲ, ਸਾਡਾ ਸਬਰ ਨਹੀਂ ਨਾ ਹੈਗਾ, ਹੁਣ ਸਬਰ ਆਪਣੇ ਕੋਲ ਰਿਹਾ ਨਹੀਂ, ਇੱਕ ਸਬਰ ਨਹੀਂ ਰਿਹਾ, ਇੱਕ ਟਾਈਮ ਨਹੀਂ ਰਿਹਾ। ਜਿਹੜਾ ਟਾਈਮ ਹੁੰਦਾ ਬੰਦਾ ਕਹਿੰਦਾ ਜ਼ਿਆਦਾਤਰ ਕੰਮ ਕਰਕੇ ਆਪਣਾ ਬਤੀਤ ਕਰ ਲਈਏ, ਜਿਹੜਾ ਥੋੜਾ ਜਿਹਾ ਟਾਈਮ ਬਚਦਾ ਹੈ ਉਹ 'ਚ ਕਹਿੰਦੇ ਥੋੜੇ ਬਹੁਤੇ 'ਚ ਆਪਾਂ ਸਾਰਾ ਕੁਛ ਮਿਲ ਜਾਵੇ ਸਾਨੂੰ। ਬਿਲਕੁਲ, ਕਿੱਥੇ 100 ਪੰਨਿਆਂ ਦੀ ਕਿਤਾਬ ਜਿਹੜੀ ਮੁੱਕੇ ਤੇ ਸਿੱਟਾ ਨਿਕਲਣਾ, ਹਾਲਾਂਕਿ ਇੱਕ ਇੱਕ ਅੱਖਰ ਆ ਜਿਹੜਾ ਉਹ ਤਾਂ ਸਾਡੀ ਜ਼ਿੰਦਗੀ 'ਚ ਬਹੁਤ ਵੱਡੇ ਸਿੱਟੇ ਦੇ ਜਾਂਦਾ, ਤੇ ਕਿੱਥੇ ਇੱਕ ਮਿੰਟ, ਕਿੱਥੇ ਇੱਕ 100 ਪੇਜ। ਹਾਂਜੀ, ਉਹ ਇੱਕ 100 ਪੇਜ ਨੂੰ ਇੱਕ ਮਿੰਟ 'ਚ ਪੜ੍ਹਨਾ ਚਾਹੁੰਦੇ ਨੇ, ਉਹ ਆਡੀਓ ਸਾਨੂੰ ਮਿਲ ਜਾਵੇ ਬਸ ਅਸੀਂ ਸੁਣ ਲਈਏ ਕਰ ਖਤਮ, ਕਿਤਾਬ ਦੇ ਪੇਜ ਨਾ ਸਾਨੂੰ ਖੋਲਣੇ ਪੈਣ। ਤੇ ਬੱਚਿਆਂ ਦੇ ਲਈ ਸਾਹਿਤ ਦਾ ਯੋਗਦਾਨ ਵੀ ਆ ਜਾਂਦਾ ਨਾ, ਜਦੋਂ ਆਪਾਂ ਬੱਚਿਆਂ ਦੀ ਗੱਲ ਕਰਦੇ ਹਾਂ, ਬਾਲ ਸਾਹਿਤ ਵੀ ਆਪਾਂ ਜਿਹਨੂੰ ਕਹਿ ਦਿੰਦੇ ਜਾਂ ਬੱਚਿਆਂ ਦੇ ਜੀਵਨ ਦੇ ਉੱਤੇ ਪ੍ਰਭਾਵ, ਆਪਾਂ ਹੁਣ ਇਹਦੇ ਉੱਪਰ ਗੱਲਬਾਤ ਕਰਦੇ ਹਾਂ। ਬੱਚਿਆਂ ਦਾ ਇਸ ਵੇਲੇ ਸਾਹਿਤ ਤੇ ਕੋਈ ਯੋਗਦਾਨ ਨਹੀਂ ਹੈਗਾ, ਉਹ ਪਿੱਛੇ ਹਟ ਰਹੇ ਨੇ। ਉਹਨਾਂ ਨੇ ਬਸ ਜ਼ਿਆਦਾਤਰ ਤਾਂ ਆਪਣੀ ਉਹਦੀ ਸਿਲੇਬਸ ਵਾਲੀਆਂ ਕਿਤਾਬਾਂ ਪੜ੍ਹਦੇ ਨੇ, ਉਹਨਾਂ ਨੂੰ ਇਹ ਹੁੰਦਾ ਵੀ ਅਸੀਂ ਫਸਟ ਸੈਕਿੰਡ ਥਰਡ ਆਈਏ, ਸਾਡੇ 70% ਜਾਂ 90% ਨੰਬਰ ਆਉਣ, ਆਪਣੀ ਸਿਲੇਬਸ ਦੀ ਕਿਤਾਬ ਪੜ੍ਹਨੀ ਆ ਉਹਨਾਂ ਨੇ ਬਿਲਕੁਲ। ਉਹਨਾਂ ਤੋਂ ਬਾਅਦ ਜੇ ਉਹਨਾਂ ਕੋਲ ਟਾਈਮ ਆ ਤਾਂ ਨਹੀਂ ਮੋਬਾਈਲ ਤੇ ਗੇਮ ਖੇਡਣੀ ਆ ਜੀ, ਜਾਂ ਟੀਵੀ ਦੇਖਣਾ, ਕਾਰਟੂਨ ਦੇਖਣੇ ਨੇ ਜੀ, ਤੇ ਪੰਜਾਬੀ ਚੈਨਲ ਜਾਂ ਪੰਜਾਬੀ ਸਾਹਿਤ ਜਾਂ ਅਖਬਾਰਾਂ ਉਹਨਾਂ ਨੇ ਬਿਲਕੁਲ ਵੀ ਹੱਥ ਨਹੀਂ ਲਗਾਉਣਾ ਹੈ। ਬਿਲਕੁਲ, ਬਹੁਤ ਸਿਆਣੀ ਗੱਲ ਕੀਤੀ ਹੈ, ਮੈਂ ਤਾਂ ਇਸ ਗੱਲ ਨੂੰ ਇੰਨੀ ਗੰਭੀਰਤਾ ਦੇ ਨਾਲ ਲੈ ਰਹੀ ਹਾਂ ਕਿ ਜਦੋਂ ਬੱਚੇ ਦਾ ਧਿਆਨ ਹੀ ਫਸਟ ਸੈਕਿੰਡ ਥਰਡ ਫੋਰਥ ਆਉਣ ਦੇ ਵਿੱਚ ਲੱਗਾ ਹੋਇਆ ਕਿ ਚਲੋ ਜੋ ਵੀ ਹੁੰਦਾ ਤਾਂ ਥਰਡ ਤਾਂ ਹੀ ਹੁੰਦਾ, ਫੋਰਥ ਤਾਂ ਨਿਆਣੇ ਆਪੇ ਹੀ ਲਾ ਲੈਂਦੇ ਮੈਂ ਚੌਥੇ ਨੰਬਰ ਤੇ ਆਇਆ ਕਲਾਸ ਵਿੱਚ, ਕਿ ਠੀਕ ਆ ਫਿਰ ਉਹਨੂੰ ਉਹ ਚਾਹ, ਮੈਨੂੰ ਤੁਹਾਨੂੰ ਇੱਦਾਂ ਲੱਗਦਾ ਕਿ ਦਾਦੇ ਦਾਦੀਆਂ ਨਾਨੇ ਨਾਨੀਆਂ ਕੋਲ ਬੈਠਣ ਦੇ ਕਾਰਨ ਵੀ ਉਹ ਕਵਿਤਾਵਾਂ ਉਹ ਕਹਾਣੀਆਂ ਉਹ ਵੀ ਸਾਹਿਤ ਤੋਂ ਤੋੜ ਗਿਆ ਬਾਲ ਸਾਹਿਤ। ਹਾਂਜੀ, ਜਦੋਂ ਪੁਰਾਣੇ ਸਮੇਂ ਚ ਦਾਦੇ ਦਾਦੀਆਂ ਨਾਨੇ ਨਾਨੀਆਂ ਬੱਚਿਆਂ ਨੂੰ ਕਹਾਣੀਆਂ ਸੁਣਾਉਂਦੇ ਹੁੰਦੇ ਸੀਗੇ, ਰਾਤ ਨੂੰ ਇਕੱਠੇ ਬਹਿ ਜਾਣਾ, ਸਾਂਝਾ ਪਰਿਵਾਰ ਹੁੰਦਾ ਸੀ, ਇਕੱਠੇ ਬਹਿੰਦੇ ਹੁੰਦੇ ਸੀ, ਕਹਾਣੀਆਂ ਸੁਣਦੇ ਹੁੰਦੇ ਸੀ, ਤੇ ਹੁਣ ਨਾ ਨਾਨਾ ਨਾਨੀ ਨਾ ਦਾਦਾ ਦਾਦੀ ਕਹਾਣੀ ਸੁਣਾਉਂਦੇ ਨੇ, ਨਾ ਬੱਚੇ ਸੁਣਦੇ ਨੇ। ਹੁਣ ਜਿਹੜਾ ਟਾਈਮ ਹੈ, ਮਾਂ ਬਾਪ ਵੀ ਇਹੀ ਕਹਿੰਦੇ ਤੁਸੀਂ ਫਸਟ ਆਉਣਾ ਆ, ਤੁਸੀਂ ਐਨੇ ਡਿਵੀਜ਼ਨ ਲੈਣੀ ਆ, ਬਸ ਬੱਚਿਆਂ ਦੇ ਵੀ ਦਿਲ ਚ ਉਹੀ ਆ ਵੀ ਅਸੀਂ ਫਸਟ ਆਉਣਾ ਆ ਜਾਂ ਸੈਕਿੰਡ ਆਉਣਾ ਆ, ਆਪਣੇ ਆਪ ਨੂੰ ਉਹ ਕਿਤਾਬਾਂ ਤੇ ਸਾਹਿਤ, ਬਾਲ ਸਾਹਿਤ, ਪਰੀਆਂ ਦੀਆਂ ਕਹਾਣੀਆਂ ਭੁੱਲ ਗਏ ਆ, ਕਿਸ਼ਤੀਆਂ ਦੀਆਂ ਕਹਾਣੀਆਂ ਬਿਲਕੁਲ ਭੁੱਲ ਗਏ ਆ। ਬੱਚਿਆਂ ਦੇ ਵਿੱਚ ਸਾਹਿਤ ਦੇ ਲਈ ਜਿਹੜਾ ਪਿਆਰ ਹੈ, ਮੁਹੱਬਤ ਹੈ, ਉਹ ਪੈਦਾ ਕਰਨ ਦੇ ਲਈ ਮਾਂ ਬਾਪ ਤੇ ਅਧਿਆਪਕਾਂ ਦਾ ਕਿੰਨਾ ਕੁ ਯੋਗਦਾਨ ਤੁਸੀਂ ਮੰਨਦੇ ਹੋ, ਉਹਨਾਂ ਦਾ ਕੀ ਯੋਗਦਾਨ ਹੋਵੇ? ਵੀ ਬੱਚਿਆਂ ਦੇ ਵਿੱਚ ਨਾ ਜੇ ਅਸੀਂ ਸਾਹਿਤ ਪ੍ਰਤੀ ਪਿਆਰ ਪਾਉਣਾ ਆ ਤਾਂ ਪਹਿਲਾਂ ਮਾਪਿਆਂ ਨੂੰ ਆਪ ਪਾਉਣਾ ਪੈਣਾ ਜੀ, ਮਾਪਿਆਂ ਨੂੰ ਆਮ ਮੋਬਾਈਲ ਨੂੰ ਛੱਡ ਕੇ ਸਾਹਿਤ ਨੂੰ ਪੜ੍ਹਨਾ ਪੈਣਾ ਤਾਂ ਬੱਚੇ ਪੜ੍ਹਨਗੇ ਬਿਲਕੁਲ, ਤੇ ਸਿਲੇਬਸ ਤੋਂ ਬਿਨਾਂ ਉਹਨਾਂ ਨੂੰ ਆਪਣੇ ਘਰ ਦੇ ਵਿੱਚ ਸਾਹਿਤ ਪੱਖੀ ਕਿਤਾਬਾਂ ਰੱਖਣੀਆਂ ਪੈਣੀਆਂ ਆ, ਛੋਟੀ ਮਿੰਨੀ ਲਾਇਬ੍ਰੇਰੀ ਜਿਹਨੂੰ ਕਹਿੰਦੇ ਆਪਾਂ ਬਣਾਉਣੀ ਪਊਗੀ ਘਰ ਦੇ ਵਿੱਚ ਜੀ, ਤਾਂ ਜੋ ਉਹ ਥੋੜਾ ਟਾਈਮ ਆਪਣੇ ਆਪ ਕੱਢਣ ਤੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਉਸ ਲਾਇਬ੍ਰੇਰੀ ਵਿੱਚ ਗੁਜ਼ਾਰਨ ਜਿਹਦੇ ਨਾਲ ਬੱਚੇ ਪੜ੍ਹਨ। ਉਹ ਤੋਂ ਬਾਅਦ ਅਧਿਆਪਕਾਂ ਦੀ ਗੱਲ ਆ ਜਾਂਦੀ ਆ, ਆਪਾਂ ਕਾਲਜਾਂ ਦੇ ਵਿੱਚ ਸਕੂਲਾਂ ਦੇ ਵਿੱਚ ਲਾਇਬ੍ਰੇਰੀ ਹੁੰਦੀ ਆ ਪਰ ਉਹਦੇ ਵਿੱਚ ਬੱਚੇ ਜਾਂਦੇ ਨਹੀਂ ਪੜ੍ਹਨ, ਫੋਟੋਆਂ ਦੇਖਣ ਜਾਂਦੇ ਜਾਂ ਮੈਗਜ਼ੀਨ ਤੋਂ ਜਾਂ ਅਖਬਾਰਾਂ ਚੋਂ। ਹਾਂਜੀ, ਬਸ ਉਹ ਚ ਜਾਂਦੇ ਨਹੀਂ, ਪੜ੍ਹਨ ਨਹੀਂ ਜਾਂਦੇ, ਉਹ ਪ੍ਰੋਪਰ ਇੱਕ ਨਾ ਪੀਰੀਅਡ ਲੱਗਣਾ ਚਾਹੀਦਾ ਜਿਹਦੇ ਵਿੱਚ ਬੱਚੇ ਲਾਇਬ੍ਰੇਰੀ ਵਿੱਚ ਜਾ ਕੇ ਪੜ੍ਹਨ, ਲਾਇਬ੍ਰੇਰੀ ਪੀਰੀਅਡ। ਹਾਂਜੀ, ਬਿਊਟੀਫੁਲ, ਉਹ ਜਾ ਕੇ ਪੜ੍ਹਨ। ਉਸ ਤੋਂ ਬਾਅਦ ਬੱਚਿਆਂ ਨੂੰ ਇੱਕ ਵਿਸ਼ਾ ਦੇਣਾ ਚਾਹੀਦਾ ਆ, ਮਹੀਨੇ ਦਾ ਦੇ ਦਿਓ, ਹਫ਼ਤੇ ਦਾ ਦੇ ਦਿਓ, ਬੱਚਿਆਂ ਨੂੰ ਇੱਕ ਵਿਸ਼ਾ ਦੇਣਾ ਚਾਹੀਦਾ ਅਧਿਆਪਕਾਂ ਵੱਲੋਂ ਜਿਹਦੇ ਉੱਤੇ ਆਪਣੇ ਵੱਲੋਂ ਆਪਣੇ ਵਿਊ ਲਿਖ ਕੇ ਲੈ ਕੇ ਆਉਣ ਕਿ ਉਹਨਾਂ ਦੇ ਕੀ ਵਿਚਾਰ ਆ ਇਹਦੇ ਵਿੱਚ, ਕਿਸੇ ਵੀ ਟੋਪਿਕ ਦੇ, ਕਿਸੇ ਵੀ ਟੋਪਿਕ ਦੇ ਉਹਨਾਂ ਨੂੰ ਦੇਖਣ ਵੀ ਉਹਨਾਂ ਦੇ ਕੀ ਬੱਚੇ ਆਪਣੇ ਵਿਚਾਰ ਆ,
ਇਹ ਨਾ ਉਹਨਾਂ ਨੂੰ ਬੱਚਿਆਂ ਨੂੰ ਵੀ ਸਿੱਧੇ ਕਹਿ ਰਹੇ ਜਿੱਦਾਂ ਆਪਾਂ ਸਟੱਡੀ ਲਈ ਸਖ਼ਤ ਹੁੰਦੇ ਹਾਂ ਨਾ, ਉਹਦੇ ਲਈ ਵੀ ਕਹਿੰਦੇ ਵੀ ਤੁਸੀਂ ਕਿਸੇ ਤੋਂ ਨਹੀਂ ਲਿਖਾਉਣਾ, ਆਪਣੇ ਵਿਚਾਰ ਲਿਖੋ ਕੀ ਗੱਲ ਆ। ਪਹਿਲੇ ਸਮੇਂ ਦੇ ਵਿੱਚ ਜਿੱਦਾਂ ਸਕੂਲਾਂ ਦੇ ਵਿੱਚ ਇੱਕ ਸੈਚੜੇ ਨੂੰ ਬੇਕਾਰ ਗੱਲਾਂ ਲੱਗਦੀਆਂ ਨੇ, ਪਰ ਇਹ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਤੁਸੀਂ ਇੱਕ ਗੱਲ ਕੀਤੀ ਨਾ ਕਿ ਕਿੱਦਾਂ ਘਰ ਦੇ ਵਿੱਚ ਇੱਕ ਲਾਇਬ੍ਰੇਰੀ ਹੋਵੇ, ਹਾਂਜੀ, ਜਿੱਥੇ ਮਾਂ ਬਾਪ ਇਹ ਸੋਚਣ ਕਿ ਹੁਣ ਮੈਂ ਆਪਣੇ ਬੱਚੇ ਨੂੰ ਇੰਨਾ ਟਾਈਮ ਉਹਦੇ ਨਾਲ ਬਿਤਾਉਣਾ ਹੀ ਬਿਤਾਉਣਾ। ਹਾਂਜੀ, ਜਿੱਦਾਂ ਆਪਾਂ, ਮੇਰਾ ਨਾ ਦਿਲ ਚ ਤਾਂ ਇਹ ਗੱਲ ਮੈਂ ਜ਼ਿਆਦਾ ਲੰਬੀ ਕਰ ਰਹੀ ਹਾਂ, ਦਿਲ ਚ ਇੱਕ ਗੱਲ ਆ ਰਹੀ ਹੈ, ਦੇਖੋ ਆਪਾਂ ਫਿਲਮ ਦੇਖਣ ਜਾਈਦਾ, ਪਤਾ ਆ ਹਫਤੇ ਚ ਇੱਕ ਵਾਰੀ ਬੱਚਿਆਂ ਨਾਲ ਫਿਲਮ ਦੇਖਣ ਜਾਣੀ, ਜਾਂ ਮਹੀਨੇ ਚ ਇੱਕ ਵਾਰੀ ਫਿਲਮ ਦੇਖਣ ਜਾਣੀ ਹੈ, ਜਾਂ ਫਿਰ ਬੱਚਿਆਂ ਨੂੰ ਇੱਕ ਵਾਰੀ ਸ਼ੋਪਿੰਗ ਲਈ ਲੈ ਕੇ ਜਾਣਾ, ਬਾਹਰ ਖਾਣੇ ਲਈ ਲੈ ਕੇ ਜਾਣਾ, ਪਰ ਉਹ ਸਮਾਜ ਵਿੱਚ ਅਸੀਂ ਵਿਚਰਨਾ, ਤੇ ਜਿਹੜੇ ਸਮਾਜ ਦੇ ਵਿੱਚ ਵਿਚਰਨ ਦੇ ਲਈ ਸਾਹਿਤ ਨੇ ਯੋਗਦਾਨ ਪਾਉਣਾ, ਉਹਦੇ ਲਈ ਸਾਡੇ ਕੋਲ ਵਕਤ ਨਹੀਂ ਹੈਗਾ। ਇਸ ਲਈ ਮਾਪਿਆਂ ਨੂੰ ਜ਼ਰੂਰ ਚਾਹੀਦਾ ਵੀ ਉਹਨਾਂ ਨੂੰ ਟਾਈਮ ਕੱਢਣ, ਆਪਣਾ ਵੀ ਟਾਈਮ ਕੱਢਣ ਤੇ ਬੱਚਿਆਂ ਦਾ ਵੀ ਟਾਈਮ ਕੱਢਣ, ਇੱਕ ਟਾਈਮ ਟੇਬਲ ਰੱਖ ਲੈਣ, ਇੱਕ ਦਿਨ ਰੱਖ ਲੈਣ ਵੀ ਇਸ ਟਾਈਮ ਅਸੀਂ ਗੱਲ ਕਰਨੀ ਕਰਨੀ, ਮੋਬਾਈਲ ਲਈ ਵੀ ਟਾਈਮ ਦਿੰਦੇ ਹੀ ਅਸੀਂ ਬੱਚਿਆਂ ਨੂੰ, ਬਿਲਕੁਲ ਆਪ ਵੀ ਕੱਢਦੇ ਹਾਂ। ਅੱਛਾ, ਇੱਦਾਂ ਵੀ ਹੋ ਸਕਦਾ ਰਮਨਜੋਤ ਜੀ ਕਿ ਰਮਨਜੋਤ ਜੀ ਕਿ ਬੱਚਾ ਖਾਣਾ ਨਹੀਂ ਖਾ ਰਿਹਾ, ਹਾਂਜੀ, ਲੈ ਫੜ ਮੋਬਾਈਲ ਦੇਖ ਲਾ, ਪਰ ਅਸੀਂ ਆਪ ਹੀ ਨਹੀਂ ਆਦਤ ਪਈ, ਲੈ ਫੜ ਬੁੱਕ ਪੜ ਲਾ। ਹਾਂਜੀ ਬਿਲਕੁਲ, ਅਸੀਂ ਆਪ ਕਰਦੇ ਹਾਂ, ਉਹ ਜੇ ਸਿਰ ਨਹੀਂ ਬਹੁੰਦਾ ਤਾਂ ਮੋਬਾਈਲ ਦੇ ਦਿੰਦੇ, ਆਪਾਂ ਸਿਰ ਬਹੁਣ ਲੱਗ ਪੈਂਦੇ ਹਾਂ, ਉਹ ਖਾਣਾ ਨਹੀਂ ਖਾਂਦਾ ਉਹਨੂੰ ਮੋਬਾਈਲ ਫੜਾ ਦਿੰਦੇ, ਉਹਦੇ ਖਾਣਾ ਖਾਣ ਲੱਗ ਪੈਂਦਾ ਹੈ, ਉਹ ਸਕੂਲ ਦਾ ਵਰਕ ਨਹੀਂ ਕਰਦਾ, ਉਹਨੂੰ ਕਹਿ ਦਿੰਦੇ ਹਾਂ ਵੀ ਵਰਕ ਕਰ ਲੈ, ਤੈਨੂੰ ਇੱਕ ਘੰਟੇ ਲਈ ਮੋਬਾਈਲ ਦੇ ਦਾਂਗੇ। ਬਿਲਕੁਲ, ਜੇ ਉਹਨੂੰ ਕਿਤਾਬ ਨਹੀਂ ਦਿੰਦੇ, ਉਹਨੂੰ ਅਸੀਂ ਜੇ ਆਪਾਂ ਬੱਚੇ ਨੂੰ ਬਚਪਨ ਤੋਂ ਇਹਨੂੰ ਨਾ ਸਾਹਿਤ ਨਾਲ ਜੋੜੀਏ, ਮਿੰਨੀ ਕਹਾਣੀਆਂ ਉਹਨਾਂ ਨੂੰ ਪੜ੍ਹਾਈਏ, ਕਾਰਟੂਨ ਵਾਲੇ ਉਹਨਾਂ ਨੂੰ ਪੜ੍ਹਾਈਏ, ਤਾਂ ਉਹਨੂੰ ਬੱਚੇ ਦਾ ਆਪੇ ਦਿਲ ਉੱਧਰ ਜਾਊਗਾ। ਬਹੁਤ ਖੂਬ, ਸਾਹਿਤ ਪ੍ਰਤੀ ਜਦੋਂ ਅਸੀਂ ਰੁਝਾਨ ਦੀ ਗੱਲ ਕਰਦੇ ਹਾਂ, ਹਾਂਜੀ, ਅਜੋਕੇ ਸਮੇਂ ਦੇ ਵਿੱਚ ਹੋਰ ਕੌਣ ਕੌਣ ਵਧੀਆ ਤਰੀਕੇ ਨਾਲ ਯੋਗਦਾਨ ਪਾ ਸਕਦਾ ਇਸ ਨੂੰ ਪ੍ਰਫੁੱਲਤ ਕਰਨ ਦੇ ਲਈ? ਇਹਨੂੰ ਪ੍ਰਫੁੱਲਤ ਕਰਨ ਲਈ ਲੇਖਕ ਯੋਗਦਾਨ ਪਾ ਸਕਦੇ ਨੇ, ਲੇਖਕ ਬਾਲ ਸੰਸਾਰ ਲਿਖਣ, ਬਾਲ ਲਿਖਤਾਂ ਲਿਖਣ, ਬਾਲ ਕਹਾਣੀਆਂ ਲਿਖਣ, ਇਹਦੇ ਨਾਲ ਬੱਚੇ ਪੜਨ, ਇਹੋ ਜਿਹਾ ਲਿਖਣ ਕਿ ਬੱਚੇ ਦਾ ਦਿਲਚਸਪੀ ਆਵੇ, ਮਤਲਬ ਅਜੋਕੇ ਸਮੇਂ ਵਿੱਚ ਲੇਖਕਾਂ ਦੇ ਯੋਗਦਾਨ ਦੀ ਜੇ ਆਪਾਂ ਗੱਲ ਕਰੀਏ, ਬੱਚੇ ਦਿਲਚਸਪੀ ਲੈਣ, ਬਾਲ ਹੁਣ ਬਾਲ ਲਿਖ ਨਹੀਂ ਜਾਂਦੇ, ਬਾਲ ਗੀਤ ਨਹੀਂ ਲਿਖੇ ਜਾਂਦੇ, ਬਾਲ ਕਹਾਣੀਆਂ ਨਹੀਂ ਲਿਖੀਆਂ ਜਾਂਦੀਆਂ ਹੈਗੀਆਂ ਨੇ, ਇਸ ਲਈ ਇਹ ਲਿਖਣੇ ਜ਼ਿਆਦਾ ਜ਼ਰੂਰੀ ਹੈ, ਲਿਖੇ ਜਾਂਦੇ ਬਹੁਤ ਘੱਟ ਲਿਖੇ ਜਾਂਦੇ ਨੇ, ਜ਼ਿਆਦਾਤਰ ਨਹੀਂ, ਜਿੰਨਾ ਅਸੀਂ ਲਿਖਾਂਗੇ ਆਪਾਂ ਸੋਚਾਂਗੇ ਵੀ ਬੱਚਿਆਂ ਲਈ ਬਾਲ ਗੀਤ ਲਿਖਣੇ ਨੇ, ਓਨਾ ਹੀ ਸਾਡਾ ਵਧੀਆ ਰਹੇਗਾ। ਉਦਾਂ ਲੇਖਕਾਂ ਵੱਲੋਂ ਕਿੰਨਾ ਕੁ ਯੋਗਦਾਨ ਹੋ ਰਿਹਾ, ਯੰਗਸਟਰ ਲੇਖਕ ਆ ਜਿਹੜੇ, ਨੌਜਵਾਨ ਲੇਖਕ ਬਹੁਤ ਘੱਟ ਲਿਖ ਰਹੇ ਨੇ, ਜੇ ਲਿਖ ਰਹੇ ਤਾਂ ਸੋਸ਼ਲ ਮੀਡੀਆ ਤੇ ਲਿਖ ਰਹੇ, ਸੋਸ਼ਲ ਮੀਡੀਆ ਤੇ ਲਿਖ ਰਹੇ ਨੇ, ਉਹ ਵੀ ਬਾਲ ਨਹੀਂ ਲਿਖ ਰਹੇ, ਬੱਚਿਆਂ ਲਈ ਬਿਲਕੁਲ ਨਹੀਂ ਲਿਖ ਰਹੇ ਨੇ, ਬਹੁਤ ਘੱਟ ਲਿਖ ਰਹੇ ਨੇ। ਹੁਣ ਇਸ ਦੇ ਟਾਈਮ ਮੈਨੂੰ ਲੱਗਦਾ ਮੈਂ ਜਿਹਨਾਂ ਨੂੰ ਜਾਣਦੀ ਹਾਂ 4-5 ਕੁ ਜਾਣੇ ਜਾਂਦੀ, ਜਿਹੜੇ ਮੇਨ ਬੱਚਿਆਂ ਤੇ ਹੀ ਲਿਖ ਰਹੇ ਨੇ। ਅੱਛਾ, ਹਾਂਜੀ, ਤਾਂ ਫਿਰ ਬੱਚਿਆਂ ਦਾ ਮਨ ਦਾ ਮਤਲਬ ਕਿ ਵਿਕਾਸ, ਮਾਨਸਿਕ ਵੀ ਹੋਵੇਗਾ, ਵਿਕਾਸ ਹੋਵੇ, ਬੱਚਿਆਂ ਲਈ ਨਾ ਮਿੰਨੀ ਕਹਾਣੀ ਇਸ ਤਰ੍ਹਾਂ ਲਿਖੋ ਕਿ ਬੱਚੇ ਉਹ ਪੜ੍ਹਨ ਵੀ, ਤੇ ਉਹਨਾਂ ਦੇ ਵਿੱਚ ਉਹਨਾਂ ਨੂੰ ਕੁਛ ਨਾ ਕੁਛ ਮਿਲੇ ਵੀ, ਗਿਆਨ ਵੀ ਮਿਲੇ। ਹੁਣ ਅਸੀਂ ਪਰੀਆਂ ਦੀ ਕਹਾਣੀ ਲਿਖੀ ਜਾਵਾਂਗੇ, ਉਹ ਵੀ ਨਾ ਉਹ ਤਾਂ ਪਰੀਆਂ ਦੇ ਪਿੱਛੇ ਚੱਲ ਜਾਵਾਂਗੇ, ਉਹਨਾਂ 'ਚ ਗਿਆਨ ਨਹੀਂ ਮਿਲੂਗਾ ਸਾਨੂੰ। ਸਾਨੂੰ ਇਹੋ ਜਿਹਾ ਸੋਚਣਾ ਚਾਹੀਦਾ ਵੀ ਜੋ
ਛੋਟੀ ਛੋਟੀ ਕਹਾਣੀਆਂ ਨੂੰ ਬੱਚੇ ਛੋਟੀ ਛੋਟੀ ਛੇਤੀ ਛੇਤੀ ਪੜ੍ਹਨ ਵੀ ਤੇ ਉਹਨਾਂ ਨੂੰ ਗਿਆਨ ਵੀ ਮਿਲ ਜਾਵੇ। ਬਿਲਕੁਲ, ਮੈਨੂੰ ਸਾਡੀ ਬਚਪਨ ਦੀ ਪੜ੍ਹੀ ਹੋਈ ਕਹਾਣੀ ਚੇਤੇ ਆ ਰਹੀ, ਉਹ ਲੱਕੜਹਾਰਾ ਹੁੰਦਾ, ਉਹ ਲਾਲਚ ਦੇ ਵਿੱਚ ਹਾਂਜੀ ਅਸਲੀ ਚੀਜ਼ ਵੀ ਗਵਾ ਬੈਠਦਾ ਆ। ਉਸ ਵੇਲੇ ਕਹਾਣੀਆਂ ਛੋਟੀਆਂ ਛੋਟੀਆਂ ਸੀ, ਹਾਥੀ ਵਾਲੀ ਹੁੰਦੀ ਸੀ ਕਹਾਣੀ, ਹਾਥੀ ਤੇ ਦਰਜੀ ਵਾਲੀ ਜੀ, ਹਾਂਜੀ ਇੱਕ ਪਿਆਸਾ ਕਾਂ ਵਾਲੀ ਸੀਗੀ, ਉਹ ਕਹਾਣੀਆਂ ਸੌਖੀਆਂ ਵੀ ਸਾਨੂੰ ਹਲੇ ਤਾਈ ਚੇਤੇ ਆ। ਹਾਂਜੀ ਹੁਣ ਤੇ ਉਹ ਜਿਹੀਆਂ ਕਹਾਣੀਆਂ ਹੀ ਹੋਣਗੀਆਂ। ਬਿਲਕੁਲ, ਇੱਕ ਆਪਾਂ ਵਾਰ ਵਾਰ ਸੋਸ਼ਲ ਮੀਡੀਆ ਦਾ ਜ਼ਿਕਰ ਕਰ ਰਹੇ ਹਾਂ, ਹਾਂਜੀ ਸੋਸ਼ਲ ਮੀਡੀਆ ਹੈ ਜਿਹੜਾ ਉਹ ਸਾਹਿਤ ਦੇ ਉੱਪਰ ਕੀ ਅਸਰ ਪਾ ਰਿਹਾ ਜਾਂ ਫਿਰ ਸਾਹਿਤ ਦਾ ਸੋਸ਼ਲ ਮੀਡੀਆ ਦੇ ਉੱਤੇ ਕੀ ਅਸਰ ਪੈ ਰਿਹਾ। ਇੱਕ ਪਾਸੇ ਤਾਂ ਦੇਖਣ ਨੂੰ ਲੱਗਦਾ ਕਿ ਚਲੋ ਜਿਹੜੇ ਰਾਈਟਰ ਆ ਉਹ ਲੋਕਾਂ ਤੱਕ ਪਹੁੰਚ ਵੀ ਬਹੁਤ ਕਰ ਰਹੇ ਆ, ਕੀ ਹੋਰ ਪੱਖ ਵੀ ਕੋਈ ਇਹਦੇ ਨਾਲ ਜੋੜ ਰਹੇ ਹੋ ਤੁਸੀਂ? ਇਹਦੇ ਵਿੱਚ ਜਿੱਦਾਂ ਕਿ ਇੰਸਟਾਗ੍ਰਾਮ, ਫੇਸਬੁੱਕ, ਵਟਸਐਪ ਆ ਗਿਆ ਆ, ਇਹਦੇ ਵਿੱਚ ਜਿਹੜੇ ਰਾਈਟਰ ਆਪਣੀਆਂ ਕਿਤਾਬਾਂ ਨਹੀਂ ਕਰ ਪਾਉਂਦੇ ਉਹ ਇਹਨਾਂ ਤੇ ਲਿਖਦੇ ਨੇ, ਜਿਹੜੇ ਕਿ ਪਾਠਕਾਂ ਤੱਕ ਛੇਤੀ ਪਹੁੰਚ ਜਾਂਦਾ ਹੈ ਜੀ, ਤੇ ਪਾਠਕਾਂ ਤੱਕ ਇੱਕ ਤਾਂ ਸੌਖੇ ਤਰੀਕੇ ਨਾਲ ਪਹੁੰਚਦਾ, ਇੱਕ ਜਲਦੀ ਪਹੁੰਚਦਾ ਆ, ਇਹਨਾਂ ਪਾਠਕ ਪੜ੍ਹ ਕੇ ਉਹਨੂੰ ਛੇਤੀ ਕਮੈਂਟ ਕਰਦੇ ਨੇ, ਛੇਤੀ ਰਿਵਿਊ ਦਿੰਦੇ ਨੇ, ਫਿਰ ਉਹ ਪਾਠ ਲੇਖਕ ਆ ਜਿਹੜਾ ਦੇਖਦਾ ਕਿ ਮੇਰੀ ਕਵਿਤਾ ਇੰਨੀ ਜਾਂ ਮੇਰੀ ਕਹਾਣੀ ਇੰਨੀ ਜਾਂ ਰਚਨਾ ਨੂੰ ਇੰਨਾ ਪਿਆਰ ਮਿਲਿਆ ਆ ਜੀ, ਤੇ ਇਸ ਲਈ ਜਦੋਂ ਕਿਤਾਬਾਂ ਦੀਆਂ ਉਹ ਇੱਕ ਦੂਜੇ ਤੱਕ ਪਹੁੰਚਣੀਆਂ ਬਹੁਤ ਔਖੀਆਂ ਕਰ ਦਿੰਦੇ ਨੇ, ਉਹਨੇ PDF ਫਾਈਲ ਬਣਨ ਲੱਗ ਪਈ ਹੈ ਜਿਹੜੀ ਮਿੰਟਾਂ ਸਕਿੰਟਾਂ 'ਚ ਇੱਕ ਦੂਜੇ ਤੱਕ ਪਹੁੰਚ ਜਾਂਦੀ ਹੈ PDF ਫਾਈਲ। ਬਿਲਕੁਲ, ਪੜ੍ਹਦੇ ਨੇ ਜਿਹਦੇ ਆਪਾਂ ਕਹਿੰਦੇ ਨਾ ਸੰਯੋਗ ਮਿਲਿਆ ਤੇ ਇਹਦੇ ਦੁਰਵਰਤੋਂ ਵੀ ਮਿਲੀ ਆ। ਹੁਣ ਕਿਤਾਬਾਂ ਘੱਟ ਛਪਣ ਲੱਗ ਪਈਆਂ ਨੇ, ਕਹਿੰਦੇ ਨੇ ਵੀ ਕਿਤਾਬਾਂ ਘੱਟ ਛਾਪਦੇ ਨੇ ਵੀ ਆਨਲਾਈਨ ਈ-ਬੁੱਕ ਕਰ ਲੈਂਦੇ ਨੇ, ਤੇ ਫਿਰ ਇਦਾਂ ਤਾਂ ਫਿਰ ਲੇਖਕ ਨੇ ਆਪਣਾ ਘਰ ਵੀ ਤਾਂ ਚਲਾਉਣਾ, ਤੇ ਲੇਖਕ ਇਹਦੇ ਥਰੂ ਵੀ ਆਪਾਂ ਨੂੰ ਕਈ ਆਪਣੇ ਆਪ ਮਿਲੇ ਨੇ, ਜਿੱਥੇ ਆਪਾਂ ਲਿਖਦੇ ਨੇ ਸਾਡੀ ਇਨਕਮ ਹੁੰਦੀ ਹੈ ਲੇਖਕ। ਅੱਛਾ ਜੀ, ਹਾਂਜੀ ਲੇਖਕਾਂ ਲਈ ਕਾਫੀ ਪਲੇਟਫਾਰਮ ਆਪਾਂ ਨੂੰ ਇੰਟਰਨੈਟ ਰਾਹੀਂ ਮਿਲੇ ਨੇ ਜਿੱਥੇ ਅਸੀਂ ਲਿਖ ਰਹੇ ਨੇ ਸਾਨੂੰ ਇਨਕਮ ਦੇ ਮਿਲ ਰਹੀ ਹੈ ਉਧਰ। ਅੱਛਾ ਜੀ, ਹਾਂਜੀ ਮਤਲਬ ਹੈ ਜ਼ਰੀਆ ਆਨਲਾਈਨ ਵੀ ਕਮਾਈ ਦਾ। ਜ਼ਰੀਆ ਹੈ, ਠੀਕ ਹੈ ਠੀਕ ਹੈ ਹਾਂਜੀ। ਤੇ ਇੱਕ ਗੱਲ ਇਹ ਵੀ ਆਉਂਦੀ ਹੈ ਦਿਮਾਗ ਦੇ ਵਿੱਚ, ਜਿੱਦਾਂ ਮੰਨ ਲਓ ਕਿ ਕੋਈ ਬੰਦਾ ਇਕੱਲਾ ਸ਼ੇਅਰ ਹੀ ਲਿਖਦਾ, ਹਾਂਜੀ ਕੀ ਉਹ ਸਾਹਿਤਕਾਰ ਮੰਨਦੇ ਹੋ ਤੁਸੀਂ? ਜਾਂ ਮਤਲਬ ਕਿ ਸਿਰਫ ਉਹ ਸੋਸ਼ਲ ਮੀਡੀਆ ਤੇ ਲਿਖ ਲਿਆ ਸ਼ੇਅਰ, ਆਪਣੀ ਉਹਦੀ ਕੋਈ ਕਿਤਾਬ ਨਹੀਂ ਛਪੀ ਹਲੇ, ਹੁਣ ਉਹਨੂੰ ਸਾਹਿਤਕਾਰ ਤਾਂ ਨਹੀਂ ਕਹਿ ਸਕਦੇ ਆਪਾਂ, ਤੇ ਉਹਨੂੰ ਪਰ ਸਾਹਿਤ ਤੋਂ ਵੱਖ ਵੀ ਨਹੀਂ ਕਰ ਸਕਦੇ, ਉਹ ਸਾਹਿਤ ਨਾਲ ਜੁੜਿਆ ਤਾਂ ਹੈ ਨਾ ਇੱਕ ਨਾ ਇੱਕ ਕਿਸੇ ਵੀ ਤਰੀਕੇ ਨਾਲ ਜੁੜਿਆ ਆ। ਤੇ ਇੱਕ ਨਾ ਮੈਂ ਸੋਚਦੀ ਹੁੰਦੀ ਆ ਰਵਨਜੋਤ ਜੀ ਕਿ ਜਦੋਂ ਅਸੀਂ ਕਿਤਾਬ ਪੜ੍ਹਦੇ ਆ ਹਾਂਜੀ ਸਾਡੇ ਅੰਦਰ ਪੇਸ਼ੈਂਸ ਵੀ ਤਾਂ ਪੈਦਾ ਹੁੰਦੇ। ਸਾਡੇ ਅੰਦਰ ਪੇਸ਼ੈਂਸ ਹੈ ਨਹੀਂ, ਬਹੁਤ ਘੱਟ ਲੋਕ ਨੇ ਜਿਹੜੇ ਕਿਤਾਬ ਪੜ੍ਹਦੇ ਨੇ, ਉਹ ਥੋੜੀ ਜਿਹੀ ਪੜ੍ਹ ਲੈਂਦੇ ਨੇ ਤੇ ਉਹ ਪੰਨਾ ਮੋੜ ਲੈਂਦੇ ਨੇ ਵੀ ਥੋੜੀ ਜਿਹੀ ਕੱਲ ਪੜ੍ਹ ਲਾਂਗੇ, ਤੇ ਬਾਕੀ ਜਿਹੜੇ ਅੱਜ ਕੱਲ ਆ ਉਹ ਇਹ ਕੰਮ ਬਹੁਤ ਘੱਟ ਕਰ ਰਹੇ ਨੇ, ਉਹਨੇ ਥੋੜਾ ਟਾਈਮ ਕਿਤਾਬ ਪੜ੍ਹਨੀ, ਉਹਨੇ ਦੇਖਣਾ ਵੀ ਆ ਮੇਨ ਮੇਨ ਗੱਲਾਂ ਨੇ ਇਹ ਪੜ੍ਹ ਲੈਣੇ ਆ, ਜਿਹੜੀ ਕਿ ਥੋੜੀ ਓਪਰੀ ਗੱਲ ਹੁੰਦੀ ਛੱਡ ਦਿੰਦੇ ਨੇ ਪੇਜ਼। ਅੱਛਾ, ਪੰਨੇ ਹੀ ਪਲਟਦੇ ਨੇ? ਪੰਨੇ ਪਲਟਦੇ ਨੇ ਵੀ ਤੂੰ ਅਗਲਾ ਪੜ੍ਹ ਲੈਂਦੇ ਆ, ਵੀ ਇਹ ਪੰਨੇ ਪਲਟ ਦਿੰਦੇ ਆ ਕੀ ਕਰਨੇ ਆ, ਇਹ ਬੇਕਾਰ ਗੱਲਾਂ ਨੇ। ਬਿਲਕੁਲ, ਇੱਕ ਕਹਾਣੀ ਪੜ੍ਹਨ ਲੱਗੇ ਮੈਂ ਵੀ ਇਸ ਤਰ੍ਹਾਂ ਹੀ ਕੀਤੀ ਸੀ, ਖੁਦ ਮੈਂ ਦੱਸ ਰਹੀ ਹਾਂ ਮੈਂ ਵੀ ਇਸ ਤਰ੍ਹਾਂ ਕੀਤੀ ਸੀ। ਉਹ ਕਹਾਣੀ ਪੜ੍ਹ ਰਹੀ ਸੀਗੀ ਤੇ ਉਹਦੇ ਵਿੱਚ ਜਿਹੜੀ ਕਹਾਣੀ ਪੜ੍ਹੀ ਜਾਂਦੀ ਸੀ, ਜਿਹੜੀ ਉਹ ਲੇਖਕ ਦੀਆਂ ਗੱਲਾਂ ਸੀਗੀਆਂ ਨਾ ਵਾਧੂ ਕਰ ਰਿਹਾ ਸੀ ਆਪਣੇ ਵੱਲੋਂ ਥਰੂ, ਉਹ ਛੱਡ ਰਹੀ ਸੀਗੀ ਤੇ ਮੈਂ ਕਿਹਾ, ਫਿਰ ਮੈਂ ਸੋਚਿਆ ਮੈਂ ਕਿਹਾ ਗਲਤ ਗੱਲ ਕੀਤੀ, ਮੈਂ ਬੁੱਕ ਵੀ ਪੜ੍ਹੀ ਤੇ ਛੱਡੀਆ ਵੀ ਕੁਛ, ਛੱਡ ਵੀ ਦਿੱਤਾ ਸਾਰਾ ਕੁਛ। ਅੱਛਾ, ਇੱਥੇ ਇੱਕ ਗੱਲ ਇਹ ਵੀ ਆਉਂਦੀ ਹੈ ਕਿ ਜਦੋਂ ਤੁਸੀਂ ਕੁਛ ਲਿਖਦੇ ਹੋ ਜਾਂ ਮੈਂ ਕੁਛ ਲਿਖਦੀ ਹਾਂ ਜਾਂ ਕੋਈ ਵੀ ਕੁਛ ਲਿਖਦਾ ਆ, ਤੇ ਲਿਖਣ ਲੱਗਿਆਂ ਸਾਡੇ ਦਿਮਾਗ ਦੇ ਵਿੱਚ ਪਾਠਕ ਵੀ ਤਾਂ ਹੋਣਾ ਚਾਹੀਦਾ। ਜਦੋਂ ਅਸੀਂ ਅਜੋਕੇ ਸਮੇਂ ਦੇ ਵਿੱਚ ਸਾਹਿਤ ਦੀ ਰਚਨਾ ਕਰ ਰਹੇ ਹਾਂ, ਸਾਨੂੰ ਪਤਾ ਆ ਕਿ ਪੇਸ਼ੈਂਸ ਘੱਟ ਰਹੇ ਆ, ਹਾਂਜੀ ਫਿਰ ਜਦੋਂ ਅਸੀਂ ਰਚਨਾ ਕਰ ਰਹੇ ਹਾਂ ਚਾਹੇ ਉਹ ਕਹਾਣੀ ਦੀ ਕਰ ਰਹੇ ਕਵਿਤਾ ਦੀ ਕਰ ਰਹੇ, ਕਿ ਇੰਨੀਆਂ ਕੁ ਦਿਲਚਸਪ ਤੇ ਛੋਟੀਆਂ ਗੱਲਾਂ ਲਿਖ ਦਿੱਤੀਆਂ ਜਾਣ ਕਿ ਪੰਨਾ ਪਲਟਣ ਨੂੰ ਅਗਲਾ ਮਜਬੂਰ ਹੀ ਨਾ ਹੋਵੇ, ਕਰਨਾ ਚਾਹੀਦਾ।
ਸਾਨੂੰ ਲਿਖਣ ਜਦੋਂ ਅਸੀਂ ਲਿਖਦੇ ਹਾਂ ਨਾ, ਸਾਨੂੰ ਸੋਚਣਾ ਚਾਹੀਦਾ ਵੀ ਅਸੀਂ ਇਸ ਗੱਲ ਨੂੰ ਇਸ ਤਰੀਕੇ ਨਾਲ ਲਿਖੀਏ ਕਿ ਕੀਲ ਹੋ ਜਾਵੇ ਪਾਠਕ ਇੱਥੇ, ਬਿਲਕੁਲ ਕੀਲ ਹੋ ਜਾਵੇ। ਹੁਣ ਕਈ ਅਸੀਂ ਕਹਾਣੀ ਜਦੋਂ ਪੜ੍ਹਦੇ ਹਾਂ ਨਾ ਜਾਂ ਸੁਣਦੇ ਹਾਂ ਜਾਂ ਲਿਖਦੇ, ਉਹ ਸਾਨੂੰ ਉਹ ਨਾ ਕਹਿੰਦੇ ਵੀ ਇਹਨੂੰ ਬਿਲਕੁਲ ਧਿਆਨ ਨਾਲ, ਸਾਡਾ ਧਿਆਨ ਬੇਧਿਆਨ ਨਹੀਂ ਹੋ ਸਕਦਾ ਹੈਗਾ। ਬਿਲਕੁਲ, ਇਸ ਲਈ ਜਦੋਂ ਅਸੀਂ ਆਪਾਂ ਕਹਾਣੀ ਲਿਖਦੇ ਹਾਂ, ਕੋਈ ਵੀ ਪਾਠਕ ਲਿਖਦਾ ਆ ਜਾਂ ਗੀਤ ਲਿਖਦਾ ਜਾਂ ਕਵਿਤਾ ਲਿਖਦਾ ਆ, ਉਹ ਆਪਣੇ ਆਪ ਨੂੰ ਇਹ ਸੋਚੇ ਵੀ ਮੈਂ ਉਹ ਵਰਡਿੰਗ ਲਿਖਣੀ ਆ ਕਿ ਜਿਹੜਾ ਪਾਠਕ ਜਦੋਂ ਪੜ੍ਹਦਾ ਹੈ ਨਾ ਉਹ ਕੀਲ ਹੋ ਜਾਵੇ, ਸਮਝ ਗਏ, ਉਹ ਪੰਨਾ ਨਾ ਪਲਟੇ ਅਗਲਾ। ਬਹੁਤ ਖੂਬ, ਬਹੁਤ ਖੂਬ। ਹਾਂਜੀ, ਔਰਤਾਂ ਗੱਲ ਅਕਸਰ ਹੁੰਦੀ ਹੈ, ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਦੇ ਉੱਤੇ ਇਹ ਸਵਾਲ ਵੀ ਬੜੇ ਚੱਕੇ ਜਾਂਦੇ ਆ ਕਿ ਕੁੜੀਆਂ ਤਾਂ ਲਿਖਦੀਆਂ ਹੀ ਨਹੀਂ, ਪਰ ਸ਼ਾਇਦ ਉਹ ਅੰਮ੍ਰਿਤਾ ਪ੍ਰੀਤਮ ਦੀ ਕਲਮ ਨੂੰ ਭੁੱਲ ਚੁੱਕੇ ਨੇ, ਜਾਂ ਹੋਰ ਵੀ ਕਈ ਔਰਤਾਂ ਜਿਨ੍ਹਾਂ ਨੇ ਵੱਖ ਵੱਖ ਭਾਸ਼ਾਵਾਂ ਦੇ ਵਿੱਚ ਲਿਖਿਆ ਸ਼ਾਇਦ ਉਹਨਾਂ ਨੂੰ ਭੁੱਲ ਚੁੱਕੇ ਨੇ, ਤੇ ਅੱਜ ਵੀ ਕੁੜੀਆਂ ਲਿਖ ਰਹੀਆਂ ਨੇ। ਅਜੋਕੇ ਸਮੇਂ ਦੇ ਵਿੱਚ ਜਿਹੜਾ ਸਾਹਿਤ ਹੈ ਉਸ ਦੇ ਵਿੱਚ ਔਰਤਾਂ ਦਾ ਯੋਗਦਾਨ ਕੀ ਚੱਲ ਰਿਹਾ? ਔਰਤਾਂ ਜਦੋਂ ਵੀ ਇਸ ਖੇਤਰ 'ਚ ਉਤਰੀਆਂ ਪੱਕੇ ਪੈਰੀ ਉਤਰੀਆਂ ਨੇ, ਉਹਨਾਂ ਨੇ ਆਪਣਾ ਨਾਮ ਬਣਾਇਆ ਹੈ ਇਸ ਖੇਤਰ ਦੇ ਵਿੱਚ। ਅੱਜ ਵੀ ਉਤਰਦੀਆਂ ਨੇ, ਪੱਕੇ ਪੈਰੀ ਉਤਰਦੀਆਂ ਨੇ, ਲਿਖਦੀਆਂ ਨੇ। ਹੁਣ ਅੱਜ ਕੱਲ੍ਹ ਜ਼ਿਆਦਾ ਫੇਸਬੁੱਕ, ਜਿੱਦਾਂ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਫੇਸਬੁੱਕ, ਇੰਸਟਾਗ੍ਰਾਮ, ਵਟਸਐਪ ਇਹਨਾਂ 'ਤੇ ਲਿਖਦੀਆਂ ਨੇ ਅਤੇ ਕਵੀ ਦਰਬਾਰ 'ਤੇ ਵੀ ਜਾਂਦੀਆਂ ਨੇ, ਕਾਫੀ ਜ਼ਿਆਦਾ ਯੋਗਦਾਨ ਹੋ ਗਿਆ। ਹੁਣ ਇੰਟਰਨੈਟ ਆ ਕੇ ਕਰਕੇ ਨਾ ਔਰਤਾਂ ਦਾ ਯੋਗਦਾਨ ਜ਼ਿਆਦਾ ਵੱਧ ਗਿਆ ਹੈ, ਕਿਉਂਕਿ ਪਹਿਲੇ ਸਮੇਂ ਵਿੱਚ ਆਉਣਾ ਜਾਣਾ ਔਖਾ ਹੋ ਗਿਆ ਸੀ ਔਰਤਾਂ ਦਾ, ਘਰ 'ਚ ਵੀ ਥੋੜ੍ਹੀ ਤੰਗੀ ਹੋ ਜਾਂਦੀ ਸੀ ਵੀ ਔਰਤਾਂ ਨਹੀਂ ਆਉਣੀਆਂ ਜਾਂਦੀਆਂ ਸੀ, ਆਉਣਾ ਜਾਣਾ ਆਪਣੀ ਲਿਖਤ ਨੂੰ ਕਵਿਤਾ ਦੇ ਰੂਪ ਵਿੱਚ ਜਾਂ ਕਿਤਾਬਾਂ ਦੇ ਵਿੱਚ ਲਿਖਣਾ ਬਹੁਤ ਔਖਾ ਹੋ ਜਾਂਦਾ ਸੀਗਾ। ਜੀ, ਹੁਣ ਉਹ ਇੰਟਰਨੈਟ ਰਾਹੀਂ ਆਪਣੀਆਂ ਲਿਖਤਾਂ ਲਿਖਦੀਆਂ ਨੇ, ਬਿਲਕੁਲ, ਹਾਂਜੀ, ਤੇ ਲੋਕਾਂ ਤੱਕ ਪਹੁੰਚਾਉਂਦੀਆਂ ਨੇ ਆਪਣੇ ਦਿਲ ਦੀ ਗੱਲ ਨੂੰ। ਜੀ, ਮੈਂ ਜਿਵੇਂ ਗੱਲ ਕੀਤੀ ਹੈ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਵੱਡਾ ਵਿਸ਼ਾ ਬਣਾ ਦਿੱਤਾ ਜਾਂਦਾ ਆ ਕਿ ਕੁੜੀਆਂ ਤਾਂ ਲਿਖਦੀਆਂ ਹੀ ਨਹੀਂ, ਕੁੜੀਆਂ ਤਾਂ ਲੇਖਣੀ ਦੇ ਖੇਤਰ 'ਚ ਹੀ ਨਹੀਂ ਆਉਂਦੀਆਂ, ਪਰ ਸ਼ਾਇਦ ਉਹ ਕੁੜੀਆਂ ਵੱਲੋਂ ਦਿੱਤੇ ਹੋਏ ਸਾਹਿਤ ਵਿੱਚ ਯੋਗਦਾਨ ਨੂੰ ਭੁੱਲ ਗਏ ਨੇ। ਤਾਂ ਪਰ ਇੱਕ ਗੱਲ ਇਹ ਵੀ ਉੱਠਦੀ ਹੈ ਕਿ ਔਰਤਾਂ ਨੂੰ ਮੁਸ਼ਕਲਾਂ ਵੀ ਬਹੁਤ ਆਉਂਦੀਆਂ ਨੇ, ਉਹਨਾਂ ਲਈ ਤਾਂ ਹੈ ਨਹੀਂ ਕਿ ਕਿਸੇ ਗਾਇਕ ਨੇ ਗੀਤ ਮੰਗਿਆ ਤੇ ਰਾਤੋ ਰਾਤ ਬੱਸੇ ਚੜ੍ਹ ਕੇ ਜਦੋਂ ਮਰਜ਼ੀ ਕਿਤੇ ਪਹੁੰਚ ਗਈਆਂ, ਘਰ ਬਾਰ ਬੜਾ ਦੇਖਣਾ ਪੈਂਦਾ। ਇਸ ਉੱਪਰ ਕੀ ਕਹੋਗੇ ਕਿ ਮੁਸ਼ਕਲਾਂ ਕਿੰਨੀਆਂ ਆਉਂਦੀਆਂ ਨੇ ਔਰਤ ਨੂੰ ਸਾਹਿਤ ਦੀ ਸਿਰਜਣਾ ਕਰਦੇ ਹੋਏ ਜਾਂ ਇਸ ਦੇ ਵਿੱਚ ਕੰਮ ਕਰਦੇ ਹੋਏ? ਸਾਹਿਤ ਦੀ ਸਿਰਜਣਾ ਕਰਨ ਲੱਗੇ ਨਾ ਔਰਤਾਂ ਨੂੰ ਬਹੁਤ ਪ੍ਰੋਬਲਮ ਆ ਰਹੀ ਆ। ਪਹਿਲਾਂ ਤਾਂ ਇੱਕ ਆਪਾਂ ਨਾ ਸਾਹਿਤ ਨੂੰ ਭੁੱਲਦੇ ਜਾ ਰਹੇ ਹਾਂ ਤੇ ਆਪਣੀ ਫੈਮਿਲੀ ਸਪੋਰਟ ਬਹੁਤ ਘੱਟ ਕਰਦੀ ਆ, ਕਈ ਵਾਰੀ ਤਾਂ ਫੈਮਿਲੀ ਸਪੋਰਟ ਨਹੀਂ ਕਰਦੀ ਹੈਗੀ, ਫਿਰ ਉਹ ਤੋਂ ਬਾਅਦ ਜਦੋਂ ਮੈਰਿਜ ਹੋ ਜਾਂਦੀ ਹੈ ਤੇ ਹਸਬੈਂਡ ਜਾਂ ਉਹਨਾਂ ਦੇ ਸਸੁਰਾਲ ਵਾਲੇ ਉਹਨਾਂ ਦੀ ਨਹੀਂ ਕਰਦੇ ਹੈਗੇ। ਹੁਣ ਮੇਰੀ ਇੱਕ ਫਰੈਂਡ ਸੀਗੀ, ਪਹਿਲਾਂ ਉਹ ਬਹੁਤ ਵਧੀਆ ਲਿਖਦੀ ਸੀਗੀ, ਮੈਨੂੰ ਫੇਸਬੁੱਕ 'ਤੇ ਮਿਲੀ, ਉਹ ਬਹੁਤ ਵਧੀਆ ਲਿਖਦੀ ਸੀ, ਅਸੀਂ ਸਾਂਝੀਆਂ ਕਿਤਾਬਾਂ ਕਰ ਰਹੇ ਸੀ, ਤੇ ਉਹਨੂੰ ਕਿਹਾ ਮੈਂ ਕਿਹਾ ਵੀ ਤੁਸੀਂ ਇਸ ਵਿੱਚ ਭਾਗ ਲਵੋ, ਕਹਿੰਦੀ ਮੇਰੀ ਫੈਮਿਲੀ ਨੇ ਅਲੋ ਨਹੀਂ ਕਰਨਾ, ਫੈਮਿਲੀ ਆਗਿਆ ਨਹੀਂ ਦਿੰਦੀ ਮੇਰੀ, ਮੈਂ ਨਹੀਂ ਕਰ ਸਕਦੀ ਹੈਗੀ। ਅਤੇ ਫੈਮਿਲੀ ਨੂੰ ਅਸੀਂ ਬਣਾ ਮਨਾਇਆ, ਮੰਨ ਗਏ ਫੈਮਿਲੀ, ਫਿਰ ਉਹ ਕਹਿੰਦੇ ਅਸੀਂ ਕਿਤਾਬ ਦੇ ਵਿੱਚ ਫੋਟੋ ਨਹੀਂ ਦੇਣੀ ਆਪਣੀ ਲੇਟੀ ਦੀ, ਅੱਛਾ, ਤੇ ਫੋਟੋ ਨਹੀਂ ਦੇਣੀ, ਉਹਦਾ ਫੋਨ ਨੰਬਰ ਨਹੀਂ ਦੇਣਾ। ਅਸੀਂ ਕਿਹਾ ਚਲੋ ਤੁਸੀਂ ਨਾ ਦਿਓ, ਤਾਂ ਕਿ ਉਹ ਤੁਸੀਂ ਲਿਖਤਾਂ ਤਾਂ ਦਿਓ, ਉਹਦਾ ਨਾਮ ਤਾਂ ਦੇਵਾਂਗੇ ਨਾ ਜੀ, ਥੱਲੇ ਅਸੀਂ ਉਹਦਾ ਨਾਮ, ਉਹਨੇ ਆਪਣਾ ਪੱਕਾ ਨਾਮ ਦਿੱਤਾ, ਕੱਚਾ ਨਾਮ ਦਿੱਤਾ ਉਹਨੇ ਆਪਣਾ। ਅੱਛਾ, ਤੇ ਉਹ ਤੋਂ ਬਾਅਦ ਕਿਤਾਬ ਆ ਗਈ, ਫਿਰ ਇੱਕ ਆਈ, ਦੋ ਆਈ, ਫਿਰ ਉਹਦੇ ਮੈਰਿਜ ਹੋ ਗਈ। ਮੈਰਿਜ ਤੋਂ ਬਾਅਦ ਹੁਣ ਉਹਦੇ ਜਿਹੜੇ ਸਹੁਰੇ ਪਰਿਵਾਰ ਨੇ ਬਿਲਕੁਲ ਬੰਦ ਕਰਤਾ, ਉਹ ਕਹਿੰਦੇ ਕੀ ਕਰਨਾ ਆ, ਇਹ 'ਚ ਕੀ ਲਿਖ ਕੇ ਰੱਖਿਆ ਆ, ਲਿਖਣੇ ਨਹੀਂ ਦਿੱਤਾ, ਸਹੁਰੇ ਪਰਿਵਾਰ ਨੇ ਕੁੜੀ ਦੀ ਕਲਮ ਹੀ ਖੋਲੀ, ਕਲਮ ਹੀ ਖੋਲੀ, ਲਿਖਣੇ ਨਹੀਂ ਦਿੱਤਾ ਉਹਨੂੰ। ਇਸ ਤਰ੍ਹਾਂ ਹੁੰਦਾ, ਬਹੁਤ ਪ੍ਰੋਬਲਮ ਹੁੰਦੀ ਜਦ ਵੀ ਆਪਾਂ ਇੱਕ ਔਰਤ ਸਟੇਜ ਤੇ ਚੜ੍ਹ ਕੇ ਬੋਲਦੀ ਆ ਜੀ, ਤੇ ਉਹਨੂੰ ਉੱਥੇ ਵੀ ਬੜਾ ਕੁਛ ਸੁਣਨ ਨੂੰ ਮਿਲਦਾ ਆ, ਕਾਫੀ ਕੁਛ ਕਹਿ ਦਿੰਦੇ ਨੇ ਉੱਥੇ ਦੂਸਰੇ ਰਾਈਟਰ ਨੇ, ਉਹਦੀ ਆਲੋਚਨਾ ਕਰ ਦਿੰਦੇ ਨੇ ਇੱਕਦਮ, ਉਹਨੂੰ ਅੱਗੇ ਹੱਲਾਸ਼ੇਰੀ ਬਹੁਤ ਘੱਟ ਦਿੰਦੇ ਨੇ।
ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਗੱਲਾਂ ਤੇ ਗੀਤ ਅਜੋਕੇ ਸਮੇਂ ਦੇ ਵਿੱਚ ਸਾਹਿਤ ਦੇ ਉੱਪਰ ਆਪਾਂ ਗੱਲਬਾਤ ਕਰ ਰਹੇ ਹਾਂ ਰਵਨਜੋਤ ਕੌਰ ਸਿੱਧੂ ਹੁਣਾਂ ਦੇ ਨਾਲ ਜੋ ਕਿ ਲੇਖਕਾਂ ਨੇ ਤੇ ਗੱਲ ਇੱਦਾਂ ਆ ਗੱਲ ਆਪਾਂ ਪਹਿਲਾਂ ਕਰ ਰਹੇ ਸੀ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ ਕਿ ਔਰਤਾਂ ਦਾ ਯੋਗਦਾਨ ਸਾਹਿਤ ਦੇ ਵਿੱਚ ਰਵਨਜੋਤ ਤੁਸੀਂ ਵੀ ਲਿਖਦੇ ਹੋ ਤੁਹਾਡੀਆਂ ਕਿਤਾਬਾਂ ਕਿੰਨੀਆਂ ਹੀ ਛਪ ਗਈਆਂ ਸੰਪਾਦਕੀ ਦੇ ਵਿੱਚ ਵੀ ਤੁਹਾਡੀ ਲੇਖਣੀ ਛਪੀ ਹੈ ਤੇ ਤੁਹਾਡੇ ਹੱਥ 'ਚ ਇੱਕ ਡਾਇਰੀ ਵੀ ਹੈ ਤੇ ਮੈਂ ਚਾਹੁੰਦੀ ਹਾਂ ਸ਼ੁਰੂਆਤ ਆਪਾਂ ਤੁਹਾਡੀ ਕਿਸੇ ਕਵਿਤਾ ਤੋਂ ਹੁਣ ਆਪਾਂ ਦੁਬਾਰਾ ਕਰੀਏ ਗੀਤ ਤੋਂ ਬਾਅਦ ਕੋਈ ਕਵਿਤਾ ਸਾਡੇ ਨਾਲ ਸਾਂਝੀ ਕਰੋ ਮੈਂ ਤੁਹਾਡੇ ਨਾਲ ਆਪਣੀ ਕਵਿਤਾ ਸਾਂਝੀ ਕਰਨ ਜਾ ਰਹੀ ਹਾਂ ਜਿਹੜੀ ਕਿ ਮੰਜ਼ਲਾ ਦੂਰ ਨਹੀਂ ਕਿਤਾਬ ਦੇ ਵਿੱਚੋਂ ਆ ਮੇਰੀ ਕਵਿਤਾ ਦਾ ਨਾਂ ਆ ਔਰਤ ਦਾ ਦਰਦ ਜ਼ਿੰਦਗੀ ਜਿਉਣ ਦੀ ਤਲਾਸ਼ ਵਿੱਚ ਭੜਕ ਰਹੀ ਹਾਂ ਮੈਂ ਹਰ ਰੋਜ਼ ਨਵੇਂ ਨਵੇਂ ਲੋਕਾਂ ਦੀ ਅੱਖਾਂ ਵਿੱਚ ਰੜਕ ਰਹੀ ਹਾਂ ਮੈਂ ਕਹਿਣ ਨੂੰ ਤਾਂ ਹੱਕ ਮਿਲੇ ਮਰਦਾਂ ਦੇ ਬਰਾਬਰ ਮੈਨੂੰ ਪਰ ਅੱਜ ਵੀ ਆਪਣੇ ਅਧਿਕਾਰਾਂ ਲਈ ਸਰਕ ਰਹੀ ਹਾਂ ਮੈਂ ਭਾਵੇਂ ਤਰੱਕੀ ਕੀਤੀ ਮੈਂ ਹਰ ਇੱਕ ਖੇਤਰ ਵਿੱਚ ਜੀ ਮਰਦ ਨਾਲ ਕਦਮ ਨਾ ਕਦਮ ਵਰਜ ਰਹੀ ਹਾਂ ਮੈਂ ਫਿਰ ਵੀ ਮੇਰੀ ਪਹਿਚਾਣ ਮੇਰੀ ਆਪਣੀ ਨਹੀਂ ਹੋਈ ਪਤੀ ਪਿਤਾ ਦੇ ਨਾਂ ਤੋਂ ਵਰਜ ਰਹੀ ਹਾਂ ਬਹੁਤ ਖੂਬ ਕਿਵੇਂ ਕਹਿ ਦੇਵਾਂ ਕਿ ਮਰਦਾਂ ਦੇ ਬਰਾਬਰ ਹੱਕਦਾਰ ਹਾਂ ਮੈਂ ਜਦੋਂ ਵੀ ਦਾਗੋ ਦਾਗ ਹੋਈ ਹਾਂ ਸਰਕ ਰਹੀ ਹਾਂ ਮੈਂ ਬਹੁਤ ਆਏ ਹਾਏ ਕੀ ਬਾਤ ਹੈ ਮਰਦ ਨੂੰ ਦਾਗ ਨਾ ਲੱਗੇ ਕੋਈ ਰਾਵੀ ਔਰਤ ਬਣ ਕੇ ਹਰ ਥਾਂ ਤੜਫ ਰਹੀ ਹਾਂ ਮੈਂ ਕਦੇ ਕੁੱਖਾਂ ਵਿੱਚ ਕਦੇ ਜ਼ਾਲਮ ਹੱਥਾਂ ਵਿੱਚ ਰੋਜ਼ ਨਵੀਂ ਨਵੀਂ ਮੌਤ ਸਰਕ ਰਹੀ ਹਾਂ ਮੈਂ ਰੋਜ਼ ਨਵੀਂ ਨਵੀਂ ਮੌਤ ਸਰਕ ਰਹੀ ਹਾਂ ਮੈਂ ਕਮਾਲ ਬਹੁਤ ਬਹੁਤ ਖੂਬ ਲਿਖਿਆ ਔਰ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਲੜਕੀਆਂ ਦੇਖ ਰਹੀਆਂ ਨੇ ਜਾਂ ਸੁਣ ਰਹੀਆਂ ਨੇ ਔਰਤਾਂ ਦੇਖ ਰਹੀਆਂ ਨੇ ਸੁਣ ਰਹੀਆਂ ਨੇ ਉਹ ਜਿਹੜਾ ਦਰਦ ਇਹਚੋਂ ਮਹਿਸੂਸ ਕਰ ਸਕਦੀਆਂ ਨੇ ਨਾ ਉਹ ਉਹੀ ਜਾਣਦੀਆਂ ਨੇ ਹੁਣ ਕਹਿਣ ਵਾਲੇ ਚਾਹੇ ਜੋ ਮਰਜ਼ੀ ਕਹਿਣ ਕਿ ਨਹੀਂ ਇੱਦਾਂ ਵੀ ਆ ਉਦਾਂ ਵੀ ਆ ਪਰ ਇਹ ਤਾਂ ਜਿਹਨਾਂ ਤੇ ਬੀਤੀ ਆ ਉਹ ਜਾਣਦੇ ਨੇ ਤੁਸੀਂ ਗੀਤਕਾਰੀ ਨੂੰ ਸਾਹਿਤ ਦਾ ਹਿੱਸਾ ਕਿੱਡਾ ਕੁ ਮੰਨਦੇ ਹੋ ਜਿਹੜੇ ਗੀਤ ਲਿਖੇ ਜਾਂਦੇ ਆ ਗੀਤਕਾਰੀ ਸਾਹਿਤ ਦਾ ਹਿੱਸਾ ਆ ਉਹ ਵੀ ਇੱਕ ਲੇਖਕ ਵੱਲੋਂ ਲਿਖਿਆ ਜਾਂਦਾ ਆ ਸਾਹਿਤ ਦੇ ਵਿੱਚ ਜੁੜਦਾ ਆ ਇਹ ਕਵਿਤਾ ਕਹਾਣੀ ਗਜ਼ਲ ਦੇ ਤਰ੍ਹਾਂ ਗੀਤ ਵੀ ਇੱਕ ਸਾਹਿਤਕ ਦਾ ਹਿੱਸਾ ਹੀ ਮੰਨਿਆ ਜਾ ਰਿਹਾ ਹੈ ਤੇ ਔਰਤਾਂ ਲੜਕੀਆਂ ਗੀਤ ਬਹੁਤ ਘੱਟ ਲਿਖਦੀਆਂ ਇਹ ਤਾਂ ਗਾਣੇ ਲਿਖਦੀਆਂ ਹੀ ਨਹੀਂ ਇਹਨਾਂ ਦਾ ਗਾਣਾ ਗਾਇਆ ਕਦੀ ਸੁਣਿਆ ਹੀ ਨਹੀਂ ਮਤਲਬ ਇਹਨਾਂ ਦਾ ਲਿਖਿਆ ਹੋਇਆ ਗਾਣਾ ਗਾਇਆ ਕਦੇ ਸੁਣਿਆ ਹੀ ਨਹੀਂ ਔਰਤਾਂ ਗੀਤ ਨਹੀਂ ਲਿਖਦੀਆਂ ਗੀਤਕਾਰੀ ਦੇ ਖੇਤਰ 'ਚ ਨਹੀਂ ਹੈਗੀਆਂ ਇਹ ਗਾਣੇ ਕਿਉਂ ਨਹੀਂ ਲਿਖਦੀਆਂ ਇਹ ਬਹੁਤ ਸਾਰੇ ਸਵਾਲ ਇਹਨਾਂ ਦਾ ਕੋਈ ਜਵਾਬ ਤੁਹਾਡੇ ਕੋਲ ਕਿਉਂਕਿ ਲੋਕ ਬੜਾ ਇਹ ਸਵਾਲ ਚੱਕਦੇ ਨੇ ਔਰਤ ਦਾ ਲਿਖਿਆ ਗੀਤ ਕੋਈ ਲੈ ਹੀ ਨਹੀਂ ਰਿਹਾ ਪਹਿਲਾਂ ਤਾਂ ਅੱਛਾ ਔਰਤ ਦੁਆਰਾ ਲਿਖਿਆ ਗੀਤ ਬਹੁਤ ਘੱਟ ਕੋਈ ਗਾਊਗਾ ਹੋ ਰਿਹਾ ਕਦੀ ਹੋਇਆ ਤੁਹਾਡੇ ਨਾਲ ਹਾਂਜੀ ਓਹੋ ਚੋਰੀ ਜ਼ਰੂਰ ਹੋ ਸਕਦਾ ਆ ਕੋਈ ਕਦੀ ਉਹਨਾਂ ਕੋਲ ਖਰੀਦ ਕੇ ਕੋਈ ਲਿਖਦਾ ਹੀ ਨਹੀਂ ਲੈ ਆ ਗਾਉਂਦਾ ਹੀ ਨਹੀਂ ਹੈਗਾ ਓ ਨਾ ਹੀ ਫਿਰ ਉਹ ਔਰਤ ਨੂੰ ਇੰਨੀ ਕਮਜ਼ੋਰ ਸਮਝਦੇ ਨੇ ਕਿ ਔਰਤ ਨੂੰ ਮਤਲਬ ਕਿ ਦਬਾਉਣ ਦੀ ਕੋਸ਼ਿਸ਼ ਕਰਦੇ ਨੇ ਉਹ ਉਹਨਾਂ ਦੇ ਕੋਲ ਉਹਨਾਂ ਨੂੰ ਕੁਝ ਗੀਤ ਉਹਨਾਂ ਨੇ ਲਿਖਿਆ ਆ ਉਹਨਾਂ ਨੂੰ ਲੈ ਕੇ ਕੋਈ ਗਾ ਨਹੀਂ ਸਕਦਾ ਮਤਲਬ ਮਨਾ ਕਰ ਦਿੰਦੇ ਸਾਫ ਤੁਸੀਂ ਔਰਤ ਦਾ ਲਿਖਿਆ ਗਾਣਾ ਨਹੀਂ ਗਾਉਣਾ ਨਹੀਂ ਮਨਾ ਕਰ ਦਿੰਦੇ ਨੇ ਜੇ ਉਹਨਾਂ ਦਾ ਕਿਤੇ ਤੁਹਾਨੂੰ ਮਿਲਿਆ ਗੀਤ ਲਿਖਿਆ ਮਿਲ ਜਾਂਦਾ ਤਾਂ ਚੋਰੀ ਕਰਕੇ ਜ਼ਰੂਰ ਗਾ ਲੈਂਦੇ ਨੇ ਆਪਣਾ ਨਾਮ ਦੇਖ ਕੇ ਅੱਛਾ ਤਾਂ ਫਿਰ ਆਪ ਹੀ ਕਹਿੰਦੇ ਕਿ ਕੁੜੀਆਂ ਗਾਣੇ ਲਿਖਦੀਆਂ ਗੁਣੀਆਂ ਗਾਣੇ ਨਹੀਂ ਲਿਖਦੀਆਂ ਫਿਰ ਉਹ ਮੰਨ ਲੈਂਦੀਆਂ ਨੇ ਵੀ ਔਰਤ ਜਿਹੜੀ ਕੁੜੀ ਗਾਣੇ ਲਿਖਦੀ ਹੈ ਉਹ ਫੈਮਿਲੀ ਤੁਹਾਨੂੰ ਕਹੇ ਬਹੁਤ ਘੱਟ ਸਪੋਰਟ ਕਰਦੀ ਹੈ ਜੇ ਉਹਨਾਂ ਦਾ ਚੋਰੀ ਕਰਕੇ ਗਾਣਾ ਗਾ ਹੋ ਗਿਆ ਤਾਂ ਫੈਮਿਲੀ ਸਪੋਰਟ ਨਹੀਂ ਕਰਦੀ ਤਾਂ ਉੱਥੇ ਦੱਬ ਜਾਂਦੀ ਗੱਲ ਇਹ ਬੜੀ ਡੂੰਘੀ ਹੈ ਗੱਲ ਕਿ ਇੱਕ ਤਾਂ ਅਸੀਂ ਕਰਦੇ ਹਾਂ ਕਿ ਸਾਹਿਤ ਦੇ ਵਿੱਚ ਯੋਗਦਾਨ ਦਿਓ ਹਨਾ ਜੋ ਦੇਣਾ ਵੀ ਚਾਹੀਦਾ ਕਿਉਂਕਿ ਸਾਹਿਤ ਸਾਡੀ ਜ਼ਿੰਦਗੀ ਬਣਾਉਂਦਾ ਪਰ ਦੂਜੇ ਪਾਸੇ ਜਿਹੜੇ ਸਾਹਿਤ ਨੂੰ ਗਾਂ ਲੈ ਕੇ ਜਾ ਰਹੇ ਆ ਅਸੀਂ ਉਹਨਾਂ ਦੀ ਮਦਦ ਹੀ ਸਿਰਫ ਇਸ ਲਈ ਨਹੀਂ ਕਰ ਰਹੇ ਕਿਉਂਕਿ ਉਹ ਕੁੜੀ ਆ ਕੁੜੀ ਹੈ ਹਾਂਜੀ ਇਹ ਤਾਂ ਕਮਾਲ ਦੀ ਗੱਲ ਹੈ
ਇੱਕ ਤਾਂ ਆਪਣੇ ਨਾ ਜੇ ਆਪਣੇ ਕੁੜੀਆਂ ਦੇ ਨਾਲ ਘਰ ਦਿਆਂ ਦੀ ਜਾਂ ਫੈਮਿਲੀ ਦੀ ਹਸਬੈਂਡ ਦੀ ਸਪੋਰਟ ਹੋਵੇ ਫਿਰ ਵੀ ਆ ਬਹੁਤ ਘੱਟ ਸਪੋਰਟ ਆ ਕਿ ਤੂੰ ਗਾਣੇ ਲਿਖ ਕੇ ਕੀ ਕਰਨਾ ਹਲੇ ਵੀ ਇੱਥੇ ਸੋਚ ਖੜੀ ਆ ਲੋਕਾਂ ਦੀ ਹਾਂਜੀ ਤੂੰ ਗਾਣੇ ਕੀ ਲਿਖ ਇਹਨੂੰ ਮਤਲਬ ਕਿ ਕਹਿ ਸਕਦੇ ਆ ਕਿ ਅਸ਼ੀਲਤਾ ਸਮਝਦੇ ਨੇ ਅਸ਼ੀਲ ਮਨੁੱਖੀ ਜੀਵਨ ਦੇ ਉੱਤੇ ਸਾਹਿਤ ਦਾ ਜੇ ਆਪਾਂ ਓਵਰਆਲ ਅਸਰ ਦੇਖੀਏ ਸਾਰੇ ਪੱਖਾਂ ਤੋਂ ਫਿਰ ਤੁਸੀਂ ਕਿੱਦਾਂ ਸਮਝਦੇ ਆ ਕਿਉਂਕਿ ਕਈ ਵਾਰੀ ਤਾਂ ਕਹਿ ਦਿੰਦੇ ਕਿ ਸਾਹਿਤ ਮਨੁੱਖ ਨੂੰ ਬਣਾ ਦਿੰਦਾ ਹਾਂਜੀ ਪਰ ਜ਼ਿੰਦਗੀ ਦੇ ਵਿੱਚ ਵਿਚਰਦਿਆਂ ਹੋਇਆਂ ਕਿੰਨੇ ਪੜਾਵਾਂ 'ਚੋਂ ਆਪਾਂ ਲੰਘਦੇ ਹਾਂ ਉਹਨਾਂ ਪੜਾਵਾਂ ਦੇ ਦੌਰਾਨ ਸਾਹਿਤ ਕਿਵੇਂ ਅਸਰ ਪਾ ਦਿੰਦਾ ਮਨੁੱਖੀ ਸਾਹਿਤ ਨਾਲ ਤੁਹਾਨੂੰ ਮੈਂ ਪਹਿਲਾਂ ਤੋਂ ਹੀ ਕਿਹਾ ਕਿ ਮਨੁੱਖੀ ਸਾਹਿਤ ਨਾਲ ਇੱਕ ਡੂੰਘਾ ਜੁੜਿਆ ਹੋਇਆ ਹੈ ਮਨੁੱਖ ਨਾ ਸਾਹਿਤ ਨੂੰ ਦੇਖਦਾ ਆ ਪੜ੍ਹਦਾ ਆ ਲਿਖਦਾ ਹਰ ਤਰੀਕੇ ਨਾਲ ਜੁੜਿਆ ਆ ਸਾਹਿਤ ਨਾਲ ਹੁਣ ਅੱਜ ਸਾਹਿਤਕਾਰ ਸਾਹਿਤ ਅੱਜ ਕੱਲ੍ਹ ਤੁਹਾਨੂੰ ਕਿ ਆਡੀਓ ਵੀਡੀਓ ਨਾਲ ਵਿੱਚ ਵਰਤ ਹੋ ਰਿਹਾ ਆ ਜੀ ਉਹ ਜਦੋਂ ਉਹਨੂੰ ਦੇਖਦਾ ਉਹ ਵੀ ਸਾਹਿਤ ਨਾਲ ਜੁੜ ਜਾਂਦਾ ਆ ਜੀ ਜੇ ਉਹ ਸਾਨੂੰ ਪਾਠਕ ਪੜ੍ਹਨਗੇ ਹੀ ਨਾ ਤਾਂ ਫਿਰ ਅਸੀਂ ਲਿਖ ਕੇ ਕੀ ਕਰਨਾ ਆ ਬਿਲਕੁਲ ਸਾਨੂੰ ਕੋਈ ਦੇਖੂਗਾ ਹੀ ਨਹੀਂ ਤਾਂ ਅਸੀਂ ਵੀਡੀਓ ਕੋਲ ਆਡੀਓ ਬਣਾ ਕੇ ਕੀ ਕਰਨਾ ਆ ਬਿਲਕੁਲ ਤਾਂ ਹਰੇਕ ਮਨੁੱਖ ਕਿਸੇ ਨਾ ਕਿਸੇ ਤਰ੍ਹਾਂ ਸਾਹਿਤ ਨਾਲ ਜੁੜਿਆ ਆ ਅਸੀਂ ਕਿਸੇ ਨੂੰ ਵੀ ਵੱਖ ਨਹੀਂ ਕਰ ਸਕਦੇ ਪਾਠਕ ਵੀ ਸਾਡੇ ਨਾਲ ਜੁੜਿਆ ਉਹ ਵੀ ਸਾਹਿਤ ਦਾ ਹਿੱਸਾ ਹੀ ਹੈ ਬਿਲਕੁਲ ਹਾਂਜੀ ਕਹਿੰਦੇ ਬਦਲਣਾ ਜਿਹੜਾ ਬਦਲਾਅ ਹੁੰਦਾ ਆ ਨਾ ਇਹ ਜ਼ਰੂਰੀ ਹੈ ਇਹ ਜਿਹੜਾ ਵਕਤ ਹੈ ਬਦਲਦਾ ਹੈ ਵਕਤ ਬਦਲਣ ਦੇ ਨਾਲ ਨਾਲ ਹਰ ਚੀਜ਼ ਬਦਲਦੀ ਹੈ ਅਤੇ ਇਸ ਦੇ ਦੌਰਾਨ ਸਾਹਿਤ ਵੀ ਬਦਲਦਾ ਹੈ ਵੱਖਰੇ ਵੱਖਰੇ ਸਾਹਿਤ ਦੇ ਰੂਪ ਆਪਾਂ ਸਮੇਂ ਦੇ ਨਾਲ ਬਦਲਦੇ ਹੋਏ ਦੇਖੇ ਹਾਂਜੀ ਤੇ ਉਹਨਾਂ ਬਦਲਾਵਾਂ ਦੇ ਉੱਪਰ ਤੁਸੀਂ ਕੀ ਕਹੋਗੇ ਅਜੋਕੇ ਸਮੇਂ ਦੇ ਵਿੱਚ ਸਾਹਿਤ ਦਾ ਜਿਹੜਾ ਰੂਪ ਬਦਲ ਰਿਹਾ ਹੈ ਇਸ ਦੇ ਉੱਪਰ ਕੀ ਕਹੋਗੇ ਪਹਿਲੇ ਸਮੇਂ ਦੇ ਵਿੱਚ ਜਿਹੜਾ ਸੀ ਸਾਹਿਤ ਉਹ ਆਪਾਂ ਧਰਮ ਨੂੰ ਕਹਿੰਦੇ ਸੀ ਧਰਮ ਗ੍ਰੰਥ ਲਿਖੇ ਜਾਂਦੇ ਸੀ ਫਿਰ ਉਹਨਾਂ ਨੂੰ ਆਪਾਂ ਸਾਹਿਤ ਮੰਨਣ ਲੱਗ ਪਏ ਫਿਰ ਉਹਨਾਂ ਧਰਮਾਂ ਨੂੰ ਆਪਾਂ ਗੀਤਾਂ ਕਵਿਤਾ ਨਾਲ ਸ਼ੁਰੂ ਕਰ ਦਿੱਤਾ ਉਹ ਤੋਂ ਬਾਅਦ ਹੌਲੀ ਹੌਲੀ ਹੁਣ ਦੇ 20ਵੀਂ ਸਦੀ ਦੇ ਵਿੱਚ ਸ਼ੁਰੂ ਹੋ ਗਿਆ ਕਵਿਤਾ ਲਿਖਣੀ ਕਹਾਣੀ ਲਿਖਣੀ ਗਜ਼ਲ ਲਿਖਣੀ ਇਸ ਤਰ੍ਹਾਂ ਸਾਹਿਤ ਆਪਣਾ ਰੰਗ ਰੂਪ ਬਦਲੀ ਜਾ ਰਿਹਾ ਆ ਅਤੇ ਹੁਣ ਗੀਤ ਵੀ ਇਸ ਵਿੱਚ ਸ਼ਾਮਿਲ ਹੋ ਗਏ ਆ ਸ਼ੇਰੋ ਸ਼ਾਇਰੀ ਇਹ ਸਾਰਾ ਕੁਝ ਸਾਹਿਤ ਵਿੱਚ ਜੁੜਨ ਲੱਗ ਪਿਆ ਆ ਆਲੋਚਨਾ ਹੁੰਦੀ ਹੈ ਇਹ ਸਭ ਅਜੋਕੇ ਸਮੇਂ ਨਾਲ ਜਿਸ ਤਰ੍ਹਾਂ ਦਾ ਬਦਲਾਵ ਹੋਈ ਜਾ ਰਿਹਾ ਆ ਉਸ ਤਰ੍ਹਾਂ ਸਾਹਿਤ ਵਿੱਚ ਵੀ ਬਦਲਾਵ ਹੋਈ ਜਾ ਰਿਹਾ ਹੈ ਉਹਦੇ ਵਿੱਚ ਹੋਰ ਚੀਜ਼ਾਂ ਜੁੜਨ ਲੱਗ ਪਈਆਂ ਨੇ ਇੱਕ ਸਮਾਂ ਸੀ ਜਦੋਂ ਆਪਾਂ ਧਰਮ ਲਈ ਹੀ ਸਿਰਫ ਸਾਹਿਤ ਮੰਨਦੇ ਸੀ ਹੁਣ ਕਵਿਤਾ ਗਜ਼ਲ ਗੀਤ ਕਹਾਣੀ ਨਾਵਲ ਇਹਨਾਂ ਸਾਰਿਆਂ ਨੂੰ ਸਾਹਿਤ ਦਾ ਰੂਪ ਮੰਨਣ ਲੱਗ ਪਏ ਨੇ ਬਿਲਕੁਲ ਬਿਲਕੁਲ ਇਹ ਬਦਲਾਵ ਹੌਲੀ ਹੌਲੀ ਹੋਈ ਜਾ ਰਿਹਾ ਆ ਹੁਣ ਗਾਹਾਂ 'ਚ ਕੁਛ ਹੋਰ ਹੈਗਾ ਤਾਂ ਫਿਰ ਇਹਦੇ ਵਿੱਚ ਬਦਲਾਵ ਆ ਜਾਣਾ ਆ ਬਿਲਕੁਲ ਹਾਂਜੀ ਪੰਜਾਬੀ ਬੋਲੀ ਦਾ ਪਸਾਰ ਅਤੇ ਪੰਜਾਬੀ ਸਾਹਿਤ ਦਾ ਜਿਹੜਾ ਦਾਇਰਾ ਹੈ ਦਾਇਰਾ ਉਹਨੂੰ ਵਧਾਉਣ ਦੇ ਲਈ ਉਸਦੇ ਪ੍ਰਚਾਰ ਅਤੇ ਪ੍ਰਸਾਰ ਦੇ ਲਈ ਕੀ ਕਦਮ ਚੁੱਕੇ ਜਾ ਸਕਦੇ ਨੇ ਅਤੇ ਚੁੱਕਣੇ ਚਾਹੀਦੇ ਨੇ ਆਪਣੇ ਜਿਹੜੇ ਆ ਕਿ ਪੰਜਾਬੀ ਬੋਲੀ ਅਤੇ ਪੰਜਾਬੀ ਪਸਾਰ ਨੂੰ ਅੱਗੇ ਵਧਾਉਣਾ ਇੱਕ ਬੰਦੇ ਦਾ ਜਾਂ ਇੱਕ ਸੰਸਥਾ ਦਾ ਕੰਮ ਨਹੀਂ ਹੈਗਾ ਇਹ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਹਮਲਾ ਮਾਰਨਾ ਪੈਣਾ ਆ ਜਿਹੜੀ ਅਸੀਂ ਆਪਣੀ ਪੰਜਾਬੀ ਮਾਂ ਬੋਲੀ ਨੂੰ ਅੱਗੇ ਵਧਾ ਸਕੀਏ ਇੱਕ ਸੰਸਥਾ ਜੇ ਆਪਾਂ ਕਹਿ ਦਈਏ ਇੱਕ ਸੰਸਥਾ ਦੀ ਜ਼ਿੰਮੇਵਾਰੀ ਆ ਜਾਂ ਇੱਕ ਬੰਦੇ ਦੀ ਜ਼ਿੰਮੇਵਾਰੀ ਆ ਜਾਂ ਇੱਕ ਪਰਿਵਾਰ ਦੀ ਜ਼ਿੰਮੇਵਾਰੀ ਇਹ ਨਹੀਂ ਹੋ ਸਕਦਾ ਸਾਨੂੰ ਰਲ ਮਿਲ ਕੇ ਸਾਰਿਆਂ ਨੂੰ ਇਸ ਬਾਰੇ ਸੋਚਣਾ ਚਾਹੀਦਾ ਆ ਆਪਾਂ ਨੂੰ ਰਲ ਮਿਲ ਕੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਆਪਣੇ ਮੇਲੇ ਲਗਾਓ ਜਾਂ ਕੋਈ ਆਪਣੇ ਹੋਰ ਵਿਚਾਰ ਪਟਾਂਦਰਾ ਕਰੋ ਜਾਂ ਕੁਛ ਵੀ ਕਰਨਾ ਚਾਹੀਦਾ ਆ ਕਵੀ ਦਰਬਾਰ ਕਰਾਓ ਉਹਦੇ ਵਿੱਚ ਆਪਣੀ ਮਾਂ ਬੋਲੀ ਨੂੰ ਅੱਗੇ ਵਧਣ ਲਈ ਤੁਸੀਂ ਪ੍ਰੇਰਿਤ ਕਰੋ ਵੀ ਪੰਜਾਬੀ ਮਾਂ ਬੋਲੀ ਨੂੰ ਕਿਵੇਂ ਵਧੀਆ ਕਰਦਾ ਜਾਵੇ ਹੁਣ ਆਪਣੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੰਜਾਬੀ ਮਾਂ ਬੋਲੀ ਦੇ ਲਈ ਜ਼ਰੂਰੀ ਕਹੋ ਕਿ ਪੰਜਾਬੀ ਮਾਂ ਬੋਲੀ ਨੂੰ ਇੱਥੇ ਪੜ੍ਹਾਇਆ ਜਾਵੇ ਬਿਲਕੁਲ ਮੈਂ ਕਿਤੇ ਗੁਜ਼ਰ ਰਹੀ ਸੀ ਤੇ ਉਹ ਕਹਿੰਦੇ ਹਾਏ ਇਹ ਛੁੱਟੀਆਂ ਹੋ ਗਈਆਂ ਫੇਰ ਪੰਜਾਬੀ ਬੋਲਣ ਲੱਗ ਪਈ ਆ ਸਕੂਲ ਵਾਲਿਆਂ ਨੇ ਬੋਲਣਾ ਮੈਨੂੰ ਬੜੀ ਹੈਰਾਨਗੀ ਹੋਈ ਹਾਂਜੀ ਆਹ ਕੀ ਗੱਲ ਹੋਈ ਬਈ
ਤੁਸੀਂ ਘਰਾਂ ਦੇ ਵਿੱਚ ਹੀ ਆਪਣੇ ਬੱਚਿਆਂ ਨੂੰ ਕਹੀ ਜਾਂਦੇ, ਮੈਨੂੰ ਲੱਗਦਾ ਕਿ ਜੇ ਆਪਣੀ ਮਾਂ ਬੋਲੀ ਨਹੀਂ ਜਿਉਂਦੀ ਰਹੇਗੀ ਤੇ ਸਾਡਾ ਪੰਜਾਬੀ ਸਾਹਿਤ ਕਿੱਦਾਂ ਹੋਊਗਾ। ਬਿਲਕੁਲ, ਹੁਣ ਸਾਨੂੰ ਇਹ ਜ਼ਰੂਰੀ ਹੋਣਾ ਚਾਹੀਦਾ ਕਿ ਸਾਡੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਸਾਡੇ ਬੱਚਿਆਂ ਨੂੰ ਮਾਂ ਬੋਲੀ ਜ਼ਰੂਰ ਪੜ੍ਹਾਈ ਜਾਵੇ। ਬਿਲਕੁਲ, ਜ਼ਿਆਦਾਤਰ 5ਵੀਂ 6ਵੀਂ ਤੋਂ ਪੜ੍ਹਾਈ ਜਾਂਦੀ ਹੈ ਪ੍ਰਾਈਵੇਟ ਸਕੂਲ 'ਚ, ਪਰ ਮੈਨੂੰ ਲੱਗਦਾ ਵੀ ਨਰਸਰੀ ਤੋਂ ਸ਼ੁਰੂ ਕਰ ਦੇਣੀ ਚਾਹੀਦੀ, ਜਿਹੜੇ ਬੱਚਾ ਪਹਿਲਾਂ ਤੋਂ ਹੀ ਮਾਂ ਬੋਲੀ ਨਾਲ ਜੁੜ ਜਾਵੇ। ਬਹੁਤ ਵਧੀਆ। ਤੇ ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਹਿੰਦੀ ਬੋਲੇ ਚਾਹੇ ਅੰਗਰੇਜ਼ੀ ਬੋਲੇ, ਪੰਜਾਬੀ ਬੋਲਣੀ ਨਾਲ ਚਾਲ ਜ਼ਰੂਰੀ ਚਾਹੀਦੀ। ਬਹੁਤ ਖੂਬ, ਹਰ ਬੋਲੀ ਸਿੱਖੋ, ਸਿੱਖਣੀ ਵੀ ਚਾਹੀਦੀ ਪਰ ਪੱਕੀ ਦੇਖ ਕੇ ਕੱਚੀ ਨਹੀਂ ਢਾਹੀਦੀ। ਤੇ ਪੰਜਾਬੀ ਸਾਹਿਤ ਦੇ ਉੱਤੇ ਅਜੋਕੇ ਸਮੇਂ ਦੇ ਵਿੱਚ ਸਾਹਿਤ ਦੇ ਉੱਪਰ ਆਪਾਂ ਕੀਤੀ ਗੱਲਬਾਤ। ਰਵਨਜੋਤ, ਤੁਸੀਂ ਪ੍ਰੋਗਰਾਮ 'ਚ ਆਏ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਪ੍ਰੋਗਰਾਮ ਗੱਲਾਂ ਤੇ ਗੀਤ ਦਾ ਸਮਾਂ ਹੈ ਜਿਹੜਾ ਦਰਸ਼ਕੋ ਇੱਥੇ ਹੀ ਖਤਮ ਹੁੰਦਾ ਹੈ। ਤੁਸੀਂ ਸਾਡੇ ਨਾਲ ਬਣੇ ਰਹੇ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।